ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਦਾ ਮੈਂ ਨਿੱਘਾ ਸਵਾਗਤ ਕਰਦਾ ਇਸ ਪ੍ਰੋਗਰਾਮ ਦੇ ਤਹਿਤ, ਜਿਸ ਵਿੱਚ ਅਸੀਂ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਪੱਖ ਦੇ ਮਸਲਿਆਂ ਦੀ ਗੱਲ ਕਰਦੇ ਹਾਂ, ਔਰ ਉਹਨਾਂ ਮਸਲਿਆਂ ਦੇ ਵਿੱਚ ਜਦ ਸਾਨੂੰ ਲੱਗਦਾ ਕੋਈ ਮੁੱਦਾ ਹੈ ਤਾਂ ਅਸੀਂ ਇਸ ਮੰਚ ਦੀ ਫਿਰ ਦੇਖਭਾਲ ਦੇ ਲਈ ਤੁਹਾਨੂੰ ਵੀ ਸੱਦਾ ਦਿੰਦੇ ਹਾਂ ਕਿ ਤੁਸੀਂ ਵੀ ਸਾਨੂੰ ਆਪਣੇ ਪ੍ਰਤੀਕਰਮ ਦਿਓ। ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਦਿਨ ਜਿਹੜਾ ਹੈਗਾ ਉਹ ਮੈਂ ਅਗਰ ਭਾਰਤ ਦੀ ਗੱਲ ਕਰਾਂ ਤਾਂ ਉੱਥੇ ਚਾਰੇ ਪਾਸੇ ਅਗਰ ਮੈਂ ਸਿਆਸੀ ਗਲਿਆਰਿਆਂ ਦੇ ਵਿੱਚ ਗੱਲ ਕਰਾਂ, ਜਾਂ ਭਾਵੇਂ ਮੈਂ ਦਿੱਲੀ ਦੇ ਵਿੱਚ ਗੱਲ ਕਰਾਂ, ਭਾਵੇਂ ਪੰਜਾਬ ਦੇ ਵਿੱਚ ਗੱਲ ਕਰਾਂ, ਭਾਵੇਂ ਹੋਰ ਵੱਖ ਵੱਖ ਸਟੇਟਾਂ ਦੇ ਵਿੱਚ ਗੱਲ ਕਰਾਂ, ਤਾਂ ਜਿਹੜਾ ਆਜ਼ਾਦੀ ਦਾ ਦਿਹਾੜਾ ਹੈ ਬੜੇ ਹੀ ਹਰਸ਼ ਉਲਾਸ ਨਾਲ ਮਨਾਇਆ ਜਾ ਰਿਹਾ। ਆਜ਼ਾਦੀ ਦਾ ਦਿਹਾੜਾ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਸੱਤ ਸਮੁੰਦਰ ਪਾਰ ਵੀ ਵੱਖ ਵੱਖ ਸਟੇਟਾਂ ਦੇ ਵਿੱਚ, ਅਗਰ ਮੈਂ ਕੌਂਸਲੇਟ ਜਨਰਲ ਦੀ ਗੱਲ ਕਰਦਾਂ, ਅਗਰ ਮੈਂ ਅੰਬੈਸੀਜ਼ ਦੀ ਗੱਲ ਕਰਦਾ, ਉੱਥੇ ਵੀ ਮਨਾਇਆ ਗਿਆ। ਅਤੇ ਜਿੱਥੇ ਇੱਕ ਪਾਸੇ ਅੱਜ ਭਾਰਤ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ, ਉੱਥੇ ਹੀ ਦੂਜੇ ਪਾਸੇ ਕੱਲ੍ਹ ਪਾਕਿਸਤਾਨ ਨੇ ਵੀ ਆਪਣਾ ਆਜ਼ਾਦੀ ਦਿਹਾੜਾ ਮਨਾਇਆ। ਅਤੇ ਅਸੀਂ ਜਿਹੜੀ ਰਿਪੋਰਟ ਤੁਹਾਡੇ ਸਾਹਮਣੇ ਇੱਕ ਦੋ ਦਿਨ ਕੋਸ਼ਿਸ਼ ਕੀਤੀ ਰੱਖਣ ਦੀ, ਔਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਾਰਗਿਲ ਦੇ ਵਿੱਚ ਕੀ ਹੋਇਆ, ਔਰ ਆਜ਼ਾਦੀ 1947 ਨੂੰ ਮਿਲੀ ਸੀਗੀ ਉਹਦੇ ਵਿੱਚ ਕਿਹੜੇ ਕਿਹੜੇ ਐਕਟ ਸੀਗੇ, ਉਹ ਕਿਵੇਂ ਪਾਸ ਹੋਏ, ਤਾਂ ਉਹ ਸਾਰੀ ਰਿਪੋਰਟ ਤੁਹਾਡੀ ਖਿਦਮਤ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਸੀਗੀ ਰੱਖਣ ਦੀ। ਲੇਕਿਨ ਅੱਜ ਇਸ ਮੰਚ ਦੇ ਉੱਤੇ ਜਿਸ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਉਹ ਵੀ ਬੇਹੱਦ ਜ਼ਰੂਰੀ ਹੈ, ਉਹਦੇ ਉੱਤੇ ਵੀ ਵਿਚਾਰ ਕਰਨਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜ਼ਿੰਮੇਵਾਰੀ ਹੀ ਨਹੀਂ ਸਗੋਂ ਮੈਂ ਕਹਾਂਗਾ ਕਿ ਇਹ ਸਾਡੀ ਵਚਨ ਬੰਧਦਾ ਹੈਗੀ ਹੈ ਕਿ ਇਸ ਉੱਤੇ ਅਸੀਂ ਜ਼ਰੂਰ ਵਿਚਾਰ ਕਰੀਏ ਕਿ ਆਜ਼ਾਦੀ ਭਾਰਤ ਨੂੰ ਮਿਲੀ ਕਿਵੇਂ, ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀਗਾ। ਅੱਜ ਆਬੋ ਹਵਾ ਦੇ ਵਿੱਚ ਭਾਰਤ ਦੇ ਵਿੱਚ ਵਸਦੇ ਜਿਹੜੇ ਨਾਗਰਿਕ ਹਨ ਉਹ ਘੁੰਮਦੇ ਹਨ, ਔਰ ਅਮਨ ਅਤੇ ਸ਼ਾਂਤੀ ਦੀ ਗੱਲ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ, ਲੇਕਿਨ ਉਹ ਕਿਹਦੀ ਬਦੌਲਤ ਅੱਜ ਇਹ ਸਭ ਕੁਝ ਭਾਰਤ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਮੈਂ ਇਹ ਗੱਲ ਨਹੀਂ ਕਹਾਂਗਾ ਕਿ ਹਾਂ 100% ਕ੍ਰੈਡਿਟ ਜਿਹੜਾ ਉਹ ਇਹਨਾਂ ਨੂੰ ਜਾਂਦਾ, ਪਰ ਅਸੀਂ ਇਹ ਜ਼ਰੂਰ ਕਹਾਂਗੇ ਕਿ 2% ਹੋਣ ਦੇ ਬਾਵਜੂਦ ਵੀ 80% ਕ੍ਰੈਡਿਟ ਜਿਹੜਾ ਉਹ ਇਹਨਾਂ ਨੂੰ ਜਾਂਦਾ। ਔਰ ਜਦ ਮੈਂ ਇਹਨਾਂ ਦੀ ਗੱਲ ਕਰਦਾ ਤਾਂ ਮੈਂ ਫਿਰ ਆਪਣੀ ਗੱਲ ਕਰਦਾ, ਔਰ ਜਦ ਮੈਂ ਆਪਣੀ ਗੱਲ ਕਰਦਾ ਤਾਂ ਫਿਰ ਮੈਂ ਆਪਣੀ ਕੌਮ ਦੀ ਗੱਲ ਕਰਦਾ, ਔਰ ਜਦ ਮੈਂ ਆਪਣੀ ਕੌਮ ਦੀ ਗੱਲ ਕਰਦਾ ਤਾਂ ਫਿਰ ਮੈਂ ਸਿੱਖਾਂ ਦੀ ਗੱਲ ਕਰਦਾ, ਔਰ ਜਦ ਮੈਂ ਸਿੱਖਾਂ ਦੀ ਗੱਲ ਕਰਦਾ ਤਾਂ ਫਿਰ ਮੈਂ ਉਹਨਾਂ ਸ਼ਹੀਦਾਂ ਦੀ ਗੱਲ ਕਰਦਾ, ਔਰ ਜਦ ਮੈਂ ਉਹਨਾਂ ਸ਼ਹੀਦਾਂ ਦੀ ਗੱਲ ਕਰਦਾ ਤਾਂ ਫਿਰ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣੀ ਜਾਨ ਨਛਾਵਰ ਕੀਤੀ। ਔਰ ਭਾਰਤ 1947 15 ਅਗਸਤ ਦੇ ਦਿਨ ਆਜ਼ਾਦ ਹੋਇਆ। ਕਈ ਸਾਰੇ ਸ਼ੂਰਵੀਰ, ਕਈ ਸਾਰੇ ਉਹ ਸੁਤੰਤਰਤਾ ਸੈਨਾਨੀ ਜਿਨ੍ਹਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ, ਅੱਜ ਵੱਖ ਵੱਖ ਮੁਲਕਾਂ ਦੇ ਵਿੱਚ ਭਾਰਤ ਨੂੰ ਪਿਆਰ ਕਰਨ ਵਾਲੇ ਆਜ਼ਾਦੀ ਦਾ ਮਨਾਉਂਦੇ ਹਨ, ਲੇਕਿਨ ਅੱਜ ਉਹਨਾਂ ਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੈ ਕਿ ਆਜ਼ਾਦੀ ਕਿਹਦੇ ਬਦੌਲਤ ਮਿਲੀ। ਔਰ ਵੱਖ ਵੱਖ ਥਾਵਾਂ ਦੇ ਉੱਤੇ ਅੱਜ ਜਿਹੜਾ ਸੈਲੀਬ੍ਰੇਸ਼ਨ ਅਸੀਂ ਵੇਖੀ, ਵੱਖ ਵੱਖ ਟੀਵੀਆਂ ਦੇ ਉੱਤੇ, ਵੱਖ ਵੱਖ ਚੈਨਲਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਅਤੇ ਅੱਜ ਇੱਕ ਰਿਪੋਰਟ ਮੈਂ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੁੰਦਾ, ਔਰ ਉਸ ਰਿਪੋਰਟ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਆਂਕੜਿਆਂ ਨੂੰ ਲਿਆਉਣ ਦੀ ਕਿ 2% ਹੋਣ ਦੇ ਬਾਵਜੂਦ ਵੀ 80% ਯੋਗਦਾਨ ਸਿੱਖਾਂ ਦਾ ਕਿਵੇਂ ਰਿਹਾ। ਔਰ ਸਭ ਤੋਂ ਵੱਡੀ ਗੱਲ, ਇਹ ਰਿਪੋਰਟ ਜਿਹੜੀ ਅੱਜ ਤੁਹਾਡੇ ਸਾਹਮਣੇ ਅਸੀਂ ਰੱਖਣ ਜਾ ਰਹੇ ਹਾਂ ਇਹ ਹਾਲ ਬਿਆਨੀ ਦੱਸੇਗੀ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਆਂਕੜਿਆਂ ਨੂੰ, ਕਈ ਬੁੱਕਸ ਦੇ ਉੱਤੇ ਅਸੀਂ ਰਿਸਰਚ ਕਰਕੇ ਇਹਨਾਂ ਆਂਕੜਿਆਂ ਨੂੰ ਲੈ ਕੇ ਆਏ ਹਾਂ, ਔਰ ਜਦ ਮੈਂ ਇੰਟਰਨੈਟ ਦੀ ਗੱਲ ਕਰਦਾ ਤਾਂ ਉਹ ਆਂਕੜੇ ਉੱਥੇ ਵੀ ਅਵੇਲੇਬਲ ਸੀਗੇ। ਕਈ ਇਤਿਹਾਸਕਾਰਾਂ ਨੇ ਇਹਨਾਂ ਆਂਕੜਿਆਂ ਦੇ ਉੱਤੇ ਆਪਣਾ ਸਪਸ਼ਟੀਕਰਨ ਵੀ ਦਿੱਤਾ, ਅਤੇ ਅਸੀਂ ਉਹਨਾਂ ਸਾਰੀ ਰਿਪੋਰਟ ਨੂੰ, ਉਹਨਾਂ ਸਾਰੇ ਆਂਕੜਿਆਂ ਨੂੰ ਜੋੜ ਕੇ ਅੱਜ ਇੱਕ ਰਿਪੋਰਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਬਲੀਦਾਨ ਜਦ ਸਿੱਖ ਕੌਮ ਦਾ ਰਿਹਾ, ਔਰ 15 ਅਗਸਤ 1947 ਨੂੰ ਦੇਸ਼ ਭਾਰਤ ਆਜ਼ਾਦ ਹੋਇਆ, ਸੰਤਾਪ ਅਗਰ ਹੰਡਾਇਆ ਤਾਂ ਉਹ ਸਿਰਫ ਸਿੱਖਾਂ ਨੇ ਹੰਡਾਇਆ, ਔਰ ਅੱਜ ਉਹ ਸੰਤਾਪ ਹੰਡਾਉਣ ਤੋਂ ਬਾਅਦ ਭਾਰਤ ਦੇਸ਼ ਆਜ਼ਾਦ ਹੋਇਆ। ਵੇਖਦੇ ਹਾਂ ਇਹ ਰਿਪੋਰਟ।
ਅੰਗਰੇਜ਼ ਸਰਕਾਰ ਦੇ ਖੁਫੀਆ ਰਿਕਾਰਡ ਮੁਤਾਬਕ 1907 ਤੋਂ 1917 ਤੱਕ ਫਾਂਸੀ 'ਤੇ ਚਾੜੇ ਗਏ ਕੁੱਲ 47 ਸ਼ਹੀਦਾਂ ਵਿੱਚੋਂ 34 ਸਿੱਖ ਸਨ ਅਤੇ ਉਮਰ ਕੈਦ ਵਾਲੇ 30 ਗੁਲਾਟੀਆਂ ਵਿੱਚੋਂ 27 ਸਿੱਖ ਸਨ। ਕਾਲੇ ਪਾਣੀ ਦੇ ਵਿੱਚ ਕੁੱਲ 29 ਸੂਰਮਿਆਂ ਨੂੰ ਭੇਜਿਆ ਗਿਆ ਜਿਹਦੇ ਵਿੱਚ 26 ਸਿੱਖ ਸਨ। ਸਖ਼ਤ ਸਜ਼ਾਵਾਂ 47 ਨੂੰ ਹੋਈਆਂ ਪਰ 38 ਸਿੱਖ ਸ਼ਹੀਦ ਹੋਏ। ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਪਹਿਲਾਂ ਫਾਂਸੀ 'ਤੇ ਰੱਸੇ ਚੁੰਮਣ ਵਾਲੇ 7 ਵਿੱਚੋਂ 6 ਮਰ ਜੀਵੜੇ ਕਰਤਾਰ ਸਿੰਘ ਸਰਾਭਾ, ਭਾਈ ਬਖਸ਼ੀਸ਼ ਸਿੰਘ, ਜਗਤ ਸਿੰਘ, ਸੁਰ ਸਿੰਘ, ਸਕੈਣ ਸਿੰਘ ਅਤੇ ਭਾਈ ਹਰਨਾਮ ਸਿੰਘ, ਇਹ ਸਾਰੇ ਸਿੱਖ ਸਨ। ਅੰਗਰੇਜ਼ ਹਕੂਮਤ ਵਿਰੋਧ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫਾਂਸੀ ਦੇ ਰੱਸੇ ਚੁੰਮੇ ਜਿਨ੍ਹਾਂ ਵਿੱਚੋਂ 93 ਸਿੱਖ ਸਨ। ਉਮਰ ਕੈਦ ਕਰਨ ਵਾਲੇ ਕੁੱਲ 2,646 ਗੁਲਾਟੀਆਂ ਵਿੱਚੋਂ 2,147 ਸਿੱਖ ਸਨ। ਜਲਿਆਂਵਾਲੇ ਬਾਗ ਦੇ ਸਾਕੇ ਦੇ 1,300 ਸ਼ਹੀਦਾਂ ਵਿੱਚੋਂ 799 ਸਿੱਖ ਸਨ। ਬਜਬਜ ਘਾਟ ਦੇ ਸਾਕੇ ਵਿੱਚ ਸ਼ਹੀਦ ਹੋਣ ਵਾਲੇ 113 ਵਿੱਚੋਂ 67 ਸਿੱਖ ਸਨ। ਕੂਕਾ ਲਹਿਰ ਦੌਰਾਨ 91 ਦੇ 91 ਸਿੱਖ ਅਤੇ ਅਕਾਲੀ ਲਹਿਰ ਦੌਰਾਨ 500 ਸਿੱਖ ਸ਼ਹੀਦ ਹੋਏ। ਇਹਨਾਂ ਆਂਕੜਿਆਂ ਦੀ ਪੁਸ਼ਟੀ ਮੌਲਾਨਾ ਆਜ਼ਾਦ ਨੇ ਵੀ ਕੀਤੀ ਸੀ। ਆਜ਼ਾਦ ਹਿੰਦ ਫੌਜ ਵਿੱਚ ਵੀ ਸ਼ਾਮਿਲ ਹੋਣ ਵਾਲੇ 20,000 ਫੌਜੀਆਂ ਵਿੱਚੋਂ ਵੀ 60% ਸਿੱਖ ਸਨ। ਇਸ ਤੋਂ ਪਹਿਲਾਂ ਅੰਗਰੇਜ਼ ਜਦੋਂ ਪੰਜਾਬ ਅੰਦਰ ਦਾਖਿਲ ਹੀ ਹੋਏ ਸਨ, ਔਰੰਗਾਬਾਦ ਦੇ ਮਹਾਰਾਜ ਸਿੱਧ ਸਿੰਘ 1847 ਵਿੱਚ ਉਹਨਾਂ ਨੇ ਵਿਦਰੋਹ ਦਾ ਡੰਡਾ ਚੁੱਕਿਆ। ਹਕੂਮਤ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਿੰਗਾਪੁਰ ਜੇਲ੍ਹ ਵਿੱਚ ਭੇਜਿਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਸਮਾਂ ਇੱਥੇ ਹੀ ਨਹੀਂ ਰੁਕਿਆ। ਬਾਬਾ ਰਾਮ ਸਿੰਘ ਨੂੰ 12 ਸਾਥੀਆਂ ਸਮੇਤ ਦੇਸ਼ ਨਿਕਾਲਾ ਦੇ ਦਿੱਤਾ। 1872 ਜਨਵਰੀ ਵਿੱਚ 64 ਨਾਮਦਾਰੀ ਸਿੱਖਾਂ ਨੂੰ ਮਲੇਰਕੋਟਲਾ ਵਿੱਚ ਤੋਪਾਂ ਨਾਲ ਉਡਾ ਦਿੱਤਾ ਗਿਆ। ਹਜੇ ਕਾਂਗਰਸ ਵੀ ਜੰਮੀ ਨਹੀਂ ਸੀ। 1869 ਵਿੱਚ ਬਾਬਾ ਰਾਮ ਸਿੰਘ ਨਾਮਦਾਰੀ ਨੇ ਸ਼ਾਂਤਮਈ ਅੰਦੋਲਨ ਵੰਡਿਆ। ਅੰਗਰੇਜ਼ੀ ਜ਼ੁਬਾਨ, ਲਿਬਾਸ, ਨੌਕਰੀਆਂ, ਅਦਾਲਤਾਂ, ਡਾਕਖਾਨੇ ਅਤੇ ਰੇਲ ਗੱਡੀਆਂ ਦਾ ਬਾਈਕਾਟ ਕੀਤਾ। 1907 ਵਿੱਚ ਸਰਦਾਰ ਅਜੀਤ ਸਿੰਘ ਨੇ ਪੰਗੜੀ ਸੰਭਾਲ ਜੱਟਾਂ ਦਾ ਹੋਕਾ ਦਿੱਤਾ। 1913 'ਚ ਬਾਬਾ ਮੋਹਨ ਸਿੰਘ ਡਕਨਾ ਨੇ ਗਦਰ ਪਾਰਟੀ ਦੀ ਨੀਂਹ ਰੱਖੀ। ਕਾਮਾਗਾਟਾ ਮਾਰੂ ਜਹਾਜ਼ ਵਿੱਚ 400 ਲੋਕਾਂ ਵਿੱਚੋਂ 350 ਲੋਕ ਸਿੱਖ ਸਨ ਅਤੇ ਤੋਪਾਂ ਨਾਲ ਉਡਾਏ ਗਏ 50 ਦੇ 50 ਸਿੱਖ ਸਨ। 14 ਨਵੰਬਰ 1917 ਨੂੰ ਕਰਤਾਰ ਸਿੰਘ ਸਰਾਭਾ ਸਮੇਤ 12 ਸਿੱਖਾਂ ਨੂੰ ਫਾਂਸੀ 'ਤੇ ਚੜਾਇਆ ਗਿਆ ਅਤੇ ਨਾਲ ਹੀ 15 ਹੋਰ ਸਾਥੀਆਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਗੁਰਦੁਆਰਾ ਸੁਧਾਰ ਲਹਿਰ 1921 ਤੋਂ ਲੈ ਕੇ 1924 ਤੱਕ ਚੱਲੀ ਜਿਹਦੇ ਵਿੱਚ 500 ਸਿੱਖ ਸ਼ਹੀਦ ਹੋਏ, 30,000 ਜੇਲ੍ਹਾਂ ਵਿੱਚ ਡੱਕੇ ਗਏ। ਭਾਰਤ ਛੱਡੋ ਅੰਦੋਲਨ ਦੌਰਾਨ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਜਾਣ ਵਾਲੇ 327 ਸਿੱਖ ਸਨ। ਸਮਾਂ ਇੱਥੇ ਹੀ ਨਹੀਂ ਰੁਕਿਆ। ਜਲਿਆਂਵਾਲਾ ਬਾਗ ਸਾਖੇ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਬਦਲਾ ਲੈਣ ਲਈ ਊਧਮ ਸਿੰਘ ਲੰਡਨ ਜਾ ਵੜੇ ਜਿੱਥੇ ਉਹਨਾਂ ਨੇ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਉਹਨਾਂ ਸ਼ਹੀਦਾਂ ਦਾ ਬਦਲਾ ਲਿਆ। ਉਹਨਾਂ ਨੂੰ ਲੰਡਨ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਹ ਸੀਗੀ ਉਹਨਾਂ ਸ਼ੂਰਵੀਰ ਆਜ਼ਾਦੀ ਦੇ ਪਰਵਾਣੇ, ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਵਰਗੇ, ਜਿਨ੍ਹਾਂ ਨੇ ਦੇਸ਼ ਦੇ ਖਾਤਰ, ਜਿਨ੍ਹਾਂ ਨੇ ਕੌਮ ਦੇ ਖਾਤਰ, ਜਿਨ੍ਹਾਂ ਨੇ ਆਜ਼ਾਦੀ ਦੇ ਖਾਤਰ ਆਪਣੀ ਜਾਨ ਨੂੰ ਨਿਛਾਵਰ ਕਰ ਦਿੱਤਾ। ਅੱਜ ਵੀ ਉਹਨਾਂ ਨੂੰ ਪੂਰਾ ਦੇਸ਼, ਅੱਜ ਵੀ ਉਹਨਾਂ ਨੂੰ ਪੂਰੀ ਸਿੱਖ ਕੌਮ ਯਾਦ ਕਰ ਰਹੀ ਹੈ। ਲੇਕਿਨ ਅਸੀਂ ਅਸਲੀ ਮਾਇਨਿਆਂ ਦੇ ਵਿੱਚ ਕਿਸ ਤਰੀਕੇ ਦੀ ਆਜ਼ਾਦੀ ਮਨਾ ਰਹੇ ਹਾਂ ਔਰ ਕਿਵੇਂ ਸਿੱਖਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ, ਆਓ ਕਰਦੇ ਹਾਂ ਹੁਣ ਇਸ ਮੁੱਦੇ ਦੀ ਸ਼ੁਰੂਆਤ। ਅਤੇ ਤੁਸੀਂ ਵੇਖੀ ਇਹ ਰਿਪੋਰਟ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਉਹਨਾਂ ਫੈਕਟਸ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਔਰ ਕਿਵੇਂ ਸਿੱਖਾਂ ਨੇ ਆਪਣਾ ਯੋਗਦਾਨ ਪਾਇਆ ਔਰ ਭਾਰਤ ਜਿਹੜਾ ਉਹ ਆਜ਼ਾਦ ਹੋਇਆ। ਇਹ 1947 ਦੀ ਪਹਿਲਾਂ ਦੀ ਜਿਹੜੀ ਸਟੋਰੀ ਅਸੀਂ ਤੁਹਾਨੂੰ ਦੱਸੀ ਜਾਂ ਫਿਰ ਅਸੀਂ ਇਹਨੂੰ ਇਤਿਹਾਸ ਕਹਿ ਲਈਏ ਉਹ ਤੁਹਾਨੂੰ ਦੱਸਿਆ, ਲੇਕਿਨ ਸਮਾਂ ਇੱਥੇ ਹੀ ਨਹੀਂ ਰੁਕਿਆ। 1947 ਤੋਂ ਬਾਅਦ ਯਾਨੀ ਕਿ ਅੱਜ ਤੱਕ ਵੀ ਅਗਰ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਉਹ ਵੀ ਆਪਣੀ ਗਾਥਾ, ਉਹ ਵੀ ਉਹ ਗਾਥਾ ਜੋ ਕਿ ਭਾਵੇਂ ਉਹ 1971 ਦੀ ਵਾਰ ਹੋਵੇ, 1999 ਦਾ ਕਾਰਗਿਲ ਵਾਰ ਹੋਵੇ ਅਤੇ 1965 ਦੀ ਜੰਗ ਹੋਵੇ, ਸਭ ਤੋਂ ਅੱਗੇ ਅਗਰ ਕੋਈ ਰਿਹਾ ਤਾਂ ਉਹ ਸਿੱਖ ਬਟਾਲੀਅਨ ਰਹੀ। ਅਤੇ ਕਹਿ ਸਕਦੇ ਹਾਂ ਕਿ ਜਦ ਵੀ ਭਾਰਤ ਦੇਸ਼ ਦੇ ਉੱਤੇ ਆਪੱਤੀ ਆਈ ਜਾਂ ਫਿਰ ਸੰਕਟ ਆਇਆ ਤਾਂ ਸਿੱਖਾਂ ਨੇ ਆਪਣੀ ਜਾਨ ਨੂੰ ਨਿਛਾਵਰ ਕਰ ਦਿੱਤਾ ਔਰ ਉਸ ਆਬੋ ਹਵਾ ਦੇ ਵਿੱਚ
ਘੁੰਮਣ ਵਾਲੇ ਨਾਗਰਿਕ ਅੱਜ ਵੀ ਸਿੱਖ ਬਟੈਲੀਅਨ ਨੂੰ, ਅੱਜ ਵੀ ਸਿੱਖ ਸ਼ੂਰਵੀਰਾਂ ਨੂੰ ਔਰ ਅੱਜ ਵੀ ਉਹਨਾਂ ਸ਼ਹੀਦ ਹੋਏ ਸਿੱਖਾਂ ਨੂੰ ਯਾਦ ਤਾਂ ਕਰਦੇ ਹਨ, ਲੇਕਿਨ ਜ਼ਮੀਨੀ ਪੱਧਰ 'ਤੇ ਕੀ ਉਹ ਅਹਿਸਾਸ ਕਰਦੇ ਹਨ, ਇੱਕ ਵੱਡਾ ਸਵਾਲ ਬਣਦਾ। ਸਵਾਲ ਦੇ ਨਾਲ ਨਾਲ ਇੱਕ ਮੁੱਦਾ ਵੀ ਬਣਦਾ ਅਤੇ ਕੋਸ਼ਿਸ਼ ਕਰਾਂਗੇ ਕਿ ਅੱਜ ਸਿੱਖ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਵਿੱਚ ਵੀ ਨਾਂ ਰੋਸ਼ਨ ਕਰ ਰਹੇ ਨੇ, ਨੌਰਥ ਅਮੈਰੀਕਾ ਦੇ ਵਿੱਚ ਵੀ ਨਾਂ ਰੋਸ਼ਨ ਕਰ ਰਹੇ ਨੇ, ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਨਾਂ ਰੋਸ਼ਨ ਕਰ ਰਹੇ ਨੇ। ਅਗਰ ਪਗੜੀ ਸੰਭਾਲੀ ਗਈ ਹੈ ਤਾਂ ਪਗੜੀ ਸਿੱਖਾਂ ਦੀ ਬਦੌਲਤ ਸੰਭਾਲੀ ਗਈ ਅਤੇ ਅੱਜ ਕੀ ਦੂਜੀ ਕੌਮ ਜਾਂ ਫਿਰ ਹੋਰ ਜਿਹੜੀਆਂ ਕੌਮਾਂ ਹਨ ਇਸ ਗੱਲ ਨੂੰ ਯਾਦ ਰੱਖਦੀਆਂ ਹਨ ਜਾਂ ਫਿਰ ਅਹਿਸਾਸ ਕਰਦੀਆਂ ਹਨ ਕਿ ਸਿੱਖ ਜਿਹੜੇ ਨੇ ਉਹ ਸਰਦਾਰ ਜਿਹੜੇ ਨੇ ਔਰ ਅੱਜ ਵੀ ਅਸਰਦਾਰ ਹੋ ਰਹੇ ਨੇ। ਕਰਾਂਗੇ ਇਸ ਮਸਲੇ ਦੇ ਉੱਤੇ ਵਿਚਾਰ ਮਿਲਦਿਆਂ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਤੇ ਗੱਲ ਅੱਜ ਅਸੀਂ ਇੰਡੀਆ ਦੀ ਇੰਡੀਪੈਂਡੈਂਸ ਡੇ ਦੀ ਕਰ ਰਹੇ ਹਾਂ ਔਰ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਰਿਪੋਰਟ ਦਿਖਾਈ ਸੀਗੀ ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਸਿੱਖਾਂ ਦਾ ਬਲੀਦਾਨ ਕਿੰਨਾ ਕੁ ਰਿਹਾ ਜਦ ਭਾਰਤ ਨੂੰ ਆਜ਼ਾਦੀ ਦੀ ਲੋੜ ਸੀਗੀ। ਲੇਕਿਨ ਮੈਂ ਅਗਰ ਭਾਰਤ ਤੱਕ ਸੀਮਿਤ ਨਾ ਰਹਿ ਕੇ ਅਗਰ ਮੈਂ ਵਰਲਡ ਵਾਈਡ ਗੱਲ ਕਰਾਂ, ਨੇਸ਼ਨ ਵਾਈਡ ਗੱਲ ਕਰਾਂ, ਤਾਂ ਅੱਜ ਇਸ ਵਾਰੀਅਰ ਕੌਮ ਨੇ ਇਸ ਉਸ ਪਹਿਚਾਣ ਨੂੰ ਜੋ ਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤਾ ਸੀਗੀ, ਜਿੱਥੇ ਸਿੱਖ ਕੋਈ ਵੀ ਮਸਲਾ ਜਿਹੜਾ ਉਹ ਹੱਲ ਕਰ ਸਕਦਾ, ਕਿਉਂਕਿ ਉਹ ਜੋਸ਼, ਉਹ ਜਜ਼ਬਾ, ਉਹ ਹਰ ਇੱਕ ਫੈਕਟਰ ਸਾਡੇ ਦਿਲ ਦੇ ਵਿੱਚ ਹੈਗਾ, ਸਾਡੇ ਖੂਨ ਦੇ ਵਿੱਚ ਹੈਗਾ। ਜਿੱਥੇ ਅਸੀਂ ਵਾਰੀਅਰ ਹੈਗੇ ਹਾਂ ਉੱਥੇ ਅਸੀਂ ਦੂਜੇ ਪਾਸੇ ਲਵ ਐਂਡ ਕਰੇਜ ਦੀ ਵੀ ਗੱਲ ਕਰਦੇ ਹਾਂ, ਜਿੱਥੇ ਅਸੀਂ ਉਹਨਾਂ ਜਜ਼ਬਾਤਾਂ ਦੀ ਵੀ ਕਦਰ ਕਰਦੇ ਹਾਂ ਜੋ ਕਿ ਸਾਡੇ ਸਾਹਮਣੇ ਆ ਕੇ ਕਿਸੇ ਵੀ ਮੁਸ਼ਕਲ ਨੂੰ ਖੜਾ ਕਰ ਦਿੰਦਾ, ਤਾਂ ਅਸੀਂ ਉਸ ਗੱਲ ਨੂੰ ਵੀ ਸਮਝਦੇ ਹਾਂ। ਅੱਜ ਮੈਂ ਜਦ ਸੱਤ ਸਮੁੰਦਰ ਪਾਰ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਗੱਲ ਕਰਦਾ, ਤਾਂ ਅੱਜ ਵੀ ਕਈ ਸਾਰੇ ਅਜਿਹੇ ਸਿੱਖ ਹਨ ਔਰ ਉਹ ਸਾਨੂੰ ਅਤੇ ਪੂਰੇ ਵਰਲਡ ਨੂੰ ਔਰ ਸਾਡੀ ਪੂਰੀ ਕੌਮ ਨੂੰ ਪ੍ਰਾਊਡ ਫੀਲ ਕਰਾ ਰਹੇ ਹਨ। ਔਰ ਜਦ ਪ੍ਰਾਊਡ ਫੀਲ ਕਰਾਉਂਦੇ ਹਨ ਤਾਂ ਬਿਲਕੁਲ ਸਾਡੇ ਜਿੰਨੇ ਵੀ ਆਲੇ ਦੁਆਲੇ ਲੋਕ ਰਹਿੰਦੇ ਹਨ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋਣ, ਉਹ ਜ਼ਰੂਰ ਮੋਟੀਵੇਟ ਹੁੰਦੇ ਹਨ। ਅਤੇ ਮੈਂ ਤਾਂ ਜ਼ਰੂਰ ਮੋਟੀਵੇਟ ਹੋਇਆ ਔਰ ਜਦ ਸਾਨੂੰ ਪਤਾ ਚੱਲਿਆ ਸੀਗਾ, ਤਾਂ ਮੈਨੂੰ ਲੱਗਦਾ ਕਿ ਫੋਰ ਅਸ ਇਟਸ ਅ ਬਿਗ ਨਿਊਜ਼, ਕਿਉਂਕਿ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਸਾਨੂੰ ਇਸ ਧਰਤੀ ਦੇ ਵਿੱਚ ਵੀ ਆਪਣੀ ਰਿਕੋਗਨੀਸ਼ਨ ਦੱਸਣੀ ਪੈਂਦੀ ਸੀਗੀ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ ਔਰ ਸਾਡਾ ਰਿਲੀਜਨ ਕੀ ਹੈ, ਸਾਡਾ ਫੇਥ ਕੀ ਹੈ, ਸਾਡੀ ਮੋਰਲ ਵੈਲਿਊਜ਼ ਕੀ ਹਨ, ਸਾਡੀ ਐਥਿਕ ਵੈਲਿਊਜ਼ ਕੀ ਹਨ, ਸਾਡੀ ਟ੍ਰੈਡੀਸ਼ਨਲ ਵੈਲਿਊਜ਼ ਕੀ ਹਨ। ਅਤੇ ਉਹਨਾਂ ਦੇ ਉੱਤੇ ਵੀ ਅਸੀਂ ਜਦ ਨਜ਼ਰ ਪਾਉਂਦੇ ਸੀਗੇ ਤਾਂ ਸਾਨੂੰ ਦੂਜੀ ਕਮਿਊਨਿਟੀ ਨੂੰ ਦੱਸਣਾ ਪੈਂਦਾ ਸੀਗਾ ਔਰ ਜਦ ਅਸੀਂ ਮੇਨ ਸਟ੍ਰੀਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀਗੇ ਤਾਂ ਵੀ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਉਹ ਹਾਲਾਤ ਕੁਝ ਹੋਰ ਸੀਗੇ, ਲੇਕਿਨ ਅੱਜ ਹਾਲਾਤ ਬਦਲ ਚੁੱਕੇ ਹਨ। ਮੈਨੂੰ ਲੱਗਦਾ ਕਿ ਕਈ ਸਾਰੀ ਔਰਗਨਾਈਜੇਸ਼ਨਸ ਜਿਨ੍ਹਾਂ ਨੇ ਇਸ ਦੇ ਉੱਤੇ ਕੰਮ ਕੀਤਾ, ਅਮੈਰੀਕਾ ਦੇ ਵਿੱਚ ਰਹਿ ਕੇ ਮੇਨ ਸਟ੍ਰੀਮ ਨੂੰ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਐਡਮਿਨਿਸਟ੍ਰੇਸ਼ਨ ਸਰਵਿਸਿਜ਼ ਦੇ ਵਿੱਚ ਅਸੀਂ ਹੁਣ ਜਾ ਰਹੇ ਹਾਂ ਅਤੇ ਉੱਥੇ ਵੀ ਸਾਨੂੰ ਪਹਿਚਾਣ ਮਿਲ ਰਹੀ ਹੈ। ਕਈ ਸਾਰੇ ਰੈਜ਼ੋਲਿਊਸ਼ਨ ਜਿਹੜੇ ਨੇ, ਕਈ ਸਾਰੇ ਬਿੱਲਸ ਜਿਹੜੇ ਨੇ ਉਹ ਪਾਸ ਹੋ ਰਹੇ ਹਨ, ਭਾਵੇਂ ਉਹ ਵਿਸਾਖੀ ਦਾ ਬਿੱਲ ਹੋਏ, ਵਿਸਾਖੀ ਦਾ ਜਿਹੜਾ ਮੰਥ ਹੈ ਉਹ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਅੱਜ ਪੂਰੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਕਵਾਇਦ ਜਿਹੜੀ ਹੈ ਵੱਖ ਵੱਖ ਔਰਗਨਾਈਜੇਸ਼ਨਸ ਵੱਲੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਜਦ ਮੈਂ ਗਵਰਨਮੈਂਟ ਸਰਵਿਸਿਜ਼ ਦੀ ਗੱਲ ਕਰਦਾ, ਭਾਵੇਂ ਉਹ ਪੁਲਿਸ ਦੀ ਸਰਵਿਸਿਜ਼ ਹੋਣ, ਭਾਵੇਂ ਉਹ ਆਰਮੀ ਦੀ ਸਰਵਿਸਿਜ਼ ਹੋਣ, ਤਾਂ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਮੁਸ਼ਕਿਲਾਂ ਮੈਂ ਇਸ ਕਰਕੇ ਕਹਿਣਾ ਕਿਉਂਕਿ ਦਸਤਾਰ ਨੂੰ ਲੈ ਕੇ ਕਈ ਵਾਰ ਸਵਾਲ ਜਿਹੜੇ ਸੀਗੇ ਉਹ ਸਾਡੇ ਲਈ ਖੜ੍ਹੇ ਹੋਏ ਸੀਗੇ। ਔਰ ਜਦ ਮੈਂ ਆਰਮੀ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਅਗਰ ਕੋਈ ਪ੍ਰੋਬਲਮ ਆਈ ਸੀਗੀ ਤਾਂ ਉਹ ਦਸਤਾਰ ਦੀ ਆਈ ਸੀਗੀ। ਪਰ ਮੈਂ ਉਹਨਾਂ ਸਾਰੇ ਪੈਰੋਕਾਰਾਂ ਨੂੰ ਅੱਜ ਧੰਨਵਾਦ ਕਰਨਾ ਚਾਹੁੰਦਾ, ਉਹਨਾਂ ਨੂੰ ਥੈਂਕਸ ਕਰਨਾ ਚਾਹੁੰਦਾ ਕਿ ਡਿਊ ਟੂ ਯੋਰ ਐਫਰਟਸ ਵੀ ਕੈਨ ਵੀਅਰ ਅ ਟਰਬਨ ਐਂਡ ਵੀ ਕੈਨ ਸੇ ਵੀ ਆਰ ਪ੍ਰਾਊਡ ਟੂ ਬੀ ਸਿੱਖ। ਔਰ ਅਸੀਂ ਅੱਜ ਆਰਮੀ ਦੇ ਵਿੱਚ ਵੀ ਦਸਤਾਰ ਪਾ ਕੇ ਆਪਣੀ ਸਰਵਿਸਿਜ਼ ਦੇ ਸਕਦੇ ਹਾਂ। ਸੋ ਆਈ ਵੁੱਡ ਲਾਈਕ ਟੂ ਇੰਟਰਡਿਊਸ ਮਿਸਟਰ ਕਲਸੀ, ਜੋ ਕਿ ਅੱਜ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਹੀ ਇਜ਼ ਅ ਫਸਟ ਸਿੱਖ US ਆਰਮੀ ਆਫਿਸਰ ਸਰਵਿੰਗ ਦ US ਆਰਮੀ ਵਿਦ ਟਰਬਨ ਐਂਡ ਮੇਕਿੰਗ ਅਸ ਪ੍ਰਾਊਡ। ਵੀ ਵੈਲਕਮ ਮਿਸਟਰ ਕਲਸੀ ਔਨ ਆਰ ਸ਼ੋਅ। ਅੱਜ ਦਾ ਮੁੱਦਾ, ਸਭ ਤੋਂ ਪਹਿਲਾਂ
ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਵੀਰ? ਵੈਰੀ ਨਾਈਸ, ਵੈਰੀ ਨਾਈਸ। ਆਈ ਫੀਲ ਵੈਰੀ ਪ੍ਰਾਊਡ ਟੂ ਸੀ ਯੂ ਐਂਡ ਥੈਂਕ ਯੂ ਵੈਰੀ ਮੱਚ ਫੋਰ ਯੋਰ ਪ੍ਰੀਸ਼ੀਅਸ ਟਾਈਮ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਫੋਨ ਲਾਈਨ ਦੇ ਦੁਆਰਾ ਜੁੜੇ ਹੋ। ਸੋ ਸਭ ਤੋਂ ਪਹਿਲਾਂ ਤੁਹਾਡੇ ਓਪਨਿੰਗ ਕਮੈਂਟ, ਵੈਨ ਆਈ ਐਮ ਟਾਕਿੰਗ ਅਬਾਊਟ ਇੰਡੀਪੈਂਡੈਂਸ ਆਫ ਯੂਨਾਈਟਡ ਸਟੇਟਸ ਆਫ ਅਮੈਰੀਕਾ, ਵੈਨ ਆਈ ਐਮ ਟਾਕਿੰਗ ਅਬਾਊਟ ਇੰਡੀਪੈਂਡੈਂਸ ਆਫ ਇੰਡੀਆ, ਔਨ ਟੋਪ ਆਫ ਦੈਟ ਵੈਨ ਆਈ ਐਮ ਟਾਕਿੰਗ ਅਬਾਊਟ ਦ ਸਿੱਖ ਕਮਿਊਨਿਟੀ ਐਂਡ ਦੇਅਰ ਕੰਟਰੀਬਿਊਸ਼ਨ ਫੋਰ ਦੀ ਇੰਡੀਪੈਂਡੈਂਸ। Yeah, I think Jirji, ਜਦੋਂ ਆਜ਼ਾਦੀ ਦੀ ਗੱਲ ਕਰਦੇ ਹੋ, you can't think about independence without talking about Sikhs and our Sikh heritage. ਉਸ ਟਾਈਮ 'ਤੇ, ਉਸ ਸਮੇਂ 'ਤੇ ਜਦੋਂ ਇੰਡੀਆ ਦੀ ਸਿੱਖਾਂ ਨੇ ਇੰਡੀਆ ਦੀ ਆਜ਼ਾਦੀ ਲਈ ਸਟਰਗਲ ਕੀਤਾ, ਇੰਡੀਆ ਦੇ ਫਰੀਡਮ ਦੀ ਲੜਾਈ ਕੀਤੀ, 121 ਜਿਹੜੇ ਹੈਂਗਿੰਗ 'ਤੇ ਗਏ ਸੀਗੇ, ਆਊਟ ਆਫ ਦੋ 121, 93 ਵਰ ਸਿੱਖ, ਜਿਨ੍ਹਾਂ ਨੂੰ ਆਫ ਦ ਟੂ ਦ ਓਵਰ 2600 ਦੈਟ ਵਰ ਇੰਪ੍ਰਿਜ਼ਨਡ ਫੋਰ ਲਾਈਫ, 2147 ਵਰ ਸਿੱਖ, ਅਤੇ ਜਿਹੜੇ 1300 ਜਲਿਆਂਵਾਲੇ ਬਾਗ 'ਤੇ ਮਾਰੇ ਗਏ ਸੀਗੇ, ਉਹਦੇ ਚੋਂ ਆਲਮੋਸਟ 800 ਜਿਹੜੇ ਸੀਗੇ ਵਰ ਸਿੱਖ। ਸੋ ਸਿੱਖਸ ਹੈਵ ਗਿਵਨ ਦ ਵੈਸਟ ਮੈਜੋਰਿਟੀ ਆਫ ਸੈਕਰੀਫਾਈਸ ਵਿਦ ਰਿਗਾਰਡਸ ਟੂ ਇੰਡੀਅਨ ਇੰਡੀਪੈਂਡੈਂਸ, ਡਿਸਪਾਈਟ ਦ ਫੈਕਟ ਦੈਟ ਵੀ ਵਰ ਓਨਲੀ 1.5% ਆਫ ਦ ਪਾਪੂਲੇਸ਼ਨ ਐਟ ਦ ਟਾਈਮ, ਐਂਡ ਈਵਨ ਨਾਓ ਸਿੱਖਸ ਸਰਵ ਫਾਰ ਬਿਯੋਂਡ ਆਰ ਨੰਬਰਸ। ਇੱਥੇ ਅਮਰੀਕਾ 'ਚ ਦੇਖ ਲਓ, ਸਾਡੀ ਗਿਣਤੀ ਭਾਵੇਂ ਘੱਟ ਹੈ, ਪਰ ਹੁਣ ਅਸੀਂ ਮਿਲਟਰੀ ਦੇ ਅੰਦਰ ਵੀ ਆਰ ਸ਼ੋਇੰਗ ਆਵਰ ਪ੍ਰੈਜ਼ੈਂਸ। ਬਸ ਥੋੜ੍ਹੇ ਸਾਲ ਪਹਿਲੇ ਦੀ ਗੱਲ ਸੀ, ਜਦੋਂ ਸਾਨੂੰ ਸਾਡੀ ਅਕੋਮੋਡੇਸ਼ਨ ਮਿਲੀ 2009, ਆਈ ਵਾਜ਼ ਦ ਫਰਸਟ ਸਿੱਖ ਇਨ ਆਈ ਥਿੰਕ ਮੇ ਬੀ ਮੋਰ ਦੈਨ 30 ਈਅਰਸ ਟੂ ਗੈਟ ਦੀ ਅਕੋਮੋਡੇਸ਼ਨ ਫੋਰ ਦ ਸਟਾਰ and case on aaj di gall hai ki we have over 60 right in the army and the air force, so holi holi is progress kar rahe hain, army din the policy change kiti hai ji, air force din mein kam shuru kita hai, te par sanu load hai ki hai ki ho naujawan age aan te is is kam kare military service kare। Dr. Kalsi, I would like to know about the SAVA, the Sikh American Veterans Alliance. ਇਹਦੇ ਬਾਰੇ ਥੋੜ੍ਹਾ ਦੱਸੋ ਦਰਸ਼ਕਾਂ ਨੂੰ ਕਿ ਅਲਾਈਂਸ ਕੀ ਕਰਦੀ ਹੈ ਐਂਡ ਹਾਊ ਯੂ ਮੇਕਿੰਗ ਅ ਚੇਂਜ ਇਨ ਟੂ ਦੀ US ਆਰਮੀ। ਹਾਂਜੀ ਵੀਰ ਜੀ, ਸਾਡਾ ਕੰਮ ਹੀ ਇਹ ਹੈਗਾ ਟੂ ਹੈਲਪ ਓਪਨ ਡੋਰ ਫੋਰ ਸਿੱਖ ਫੋਰ ਆਲ ਮਾਈਨੋਰਿਟੀ। ਅਸੀਂ ਸਿਰਫ ਸਿੱਖਾਂ ਦਾ ਕੰਮ ਨਹੀਂ ਕਰਦੇ, ਅਸੀਂ ਜਿਹੜੇ ਜਦੋਂ ਅਸੀਂ ਆਰਮੀ ਦੇ ਅੰਦਰ ਪਾਲਿਸੀ ਚੇਂਜ ਕਰਵਾਇਆ, ਵੀ ਮੇਡ ਸ਼ੋਰ ਕਿ ਆਲ ਰਿਲੀਜੀਅਸ ਮਾਈਨੋਰਿਟੀਜ਼ ਵਰ ਆਲਸੋ ਰਿਸਪੈਕਟਡ। ਸੋ ਜਿਹੜੇ ਮੁਸਲਿਮ ਦੇ ਹਜਾਤ ਹੈਗੇ ਨੇ, ਭਾਵੇਂ ਜਿਹੜੇ ਜੂਇਸ਼ ਦੇ ਯਾਮਕਾ ਹੈਗੇ ਨੇ, ਤੁਸੀਂ ਕੋਈ ਵੀ ਲੈ ਲਓ ਰਿਲੀਜੀਅਸ ਟ੍ਰੈਡੀਸ਼ਨ ਹੈਗਾ, ਅਸੀਂ ਵੀ ਮੇਡ ਸ਼ੋਰ ਦੈਟ ਆਲ ਦ ਰਿਲੀਜੀਅਸ ਮਾਈਨੋਰਿਟੀਜ਼ ਵਰ ਇੰਕਲੂਡਿਡ, ਐਂਡ ਸੋ ਦੈਟਸ ਪਾਰਟ ਆਫ ਆਰ ਵਰਕ। ਜਦੋਂ ਸਾਡੇ ਕੋਈ ਸਿੰਘ ਮਿਲਟਰੀ 'ਚ ਜਾਂਦੇ ਨੇ, ਅਸੀਂ ਉਹਨਾਂ ਨੂੰ ਪੱਗਾਂ ਫਰੀ 'ਚ ਦਿੰਦੇ ਹੈ, ਜਿਹੜੀ ਕੈਮੋਫਲਾਜ ਪੱਗ ਹੈਗੀ ਹੈ। ਮਿਲਟਰੀ ਦਾ ਪੈਟਰਨ ਜਿਹੜਾ ਹੈਗਾ, ਇਟਸ ਵੈਰੀ ਵੈਰੀ ਸਪੈਸੀਫਿਕ ਪੈਟਰਨ, ਐਂਡ ਸੋ ਅਸੀਂ ਉਹਨਾਂ ਨੂੰ ਪੱਗਾਂ ਫਰੀ 'ਚ ਦਿੰਦੇ ਹੈ। ਅਤੇ ਹੋਰ ਅਸੀਂ ਇਕੁਆਲਿਟੀ, ਰਿਲੀਜੀਅਸ ਫਰੀਡਮ, ਡਿਵਰਸਿਟੀ ਦਾ ਕੰਮ ਕਰਦੇ ਮਿਲਟਰੀ ਦੇ ਅੰਦਰ। ਸੋ ਕੱਲ੍ਹ ਨੂੰ ਸਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜਦੋਂ ਉਹ ਅਪਲਾਈ ਕਰਨ ਜਾਣਗੇ। ਇਟਸ ਇੰਪੋਰਟੈਂਟ ਟੂ ਨੋਟ ਕਿ ਜਿਹੜੀ ਮਿਲਟਰੀ ਹੈਗੀ ਹੈ, ਇਟ ਇਜ਼ ਦੀ ਲਾਰਜੈਸਟ ਇੰਪਲੋਇਰ ਇਨ ਦੀ ਯੂਨਾਈਟਿਡ ਸਟੇਟਸ। I think it's a very good point to raise right now ki jekar sade bacche aaj US army join karna chahunde ne te ode liye ki tajweez hai, what they have to do, how they can apply, can you please tell to our viewers as well? Hanji hanji, if kise de vi bachcha koi vi jana chahe military de andar, tusi sanu contact kar sakde ho seva te,
ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ। ਮੇਰੀ ਈਮੇਲ ਹੈਗੀ ਹੈ ਕਮਲ kamal@sava.org। ਤੁਸੀਂ ਸਾਡੇ ਵੈਬਸਾਈਟ ਮੈਂ ਆਪਣੀ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਇੱਕ ਵਾਰੀ ਉਹ ਡਿਸਪਲੇ ਕਰ ਦੇਣ ਇਸ ਈਮੇਲ ਆਈਡੀ ਨੂੰ kamal@sava.org ਨੂੰ, ਤਾਂ ਕਿ ਜਿਹੜੇ ਵੀ ਪੇਰੈਂਟਸ ਇਸ ਟਾਈਮ ਹੈ ਟੈਲੀਵਿਜ਼ਨ ਸਾਡਾ ਵੇਖ ਰਹੇ ਨੇ, ਪ੍ਰੋਗਰਾਮ ਵੇਖ ਰਹੇ ਨੇ, ਸੋ ਇਫ ਦੇ ਵਾਂਟ ਦੈਟ ਦੇਅਰ ਚਿਲਡਰਨਸ ਔਰ ਦੇਅਰ ਕਿਡਸ ਸ਼ੁੱਡ ਜੁਆਇਨ ਯੂ ਨੋ ਦੀ ਯੂ ਐਸ ਆਰਮੀ, ਸੋ ਆਈ ਥਿੰਕ ਤੁਸੀਂ ਕਲਸੀ ਜੀ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਯੂ ਕੈਨ ਗੈਟ ਦੀ ਇਨਫੋਰਮੇਸ਼ਨ, ਉਹ ਤੁਹਾਨੂੰ ਗਾਈਡ ਜ਼ਰੂਰ ਕਰ ਸਕਦੇ ਨੇ। ਅਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਲਸੀ ਜੀ ਸਾਨੂੰ ਜਦ ਅਸੀਂ ਤੁਹਾਨੂੰ ਵੇਖਦੇ ਹਾਂ ਐਜ਼ ਅ ਫਸਟ ਸੀਖ ਇਨ ਯੂ ਐਸ ਆਰਮੀ, ਸੋ ਜਿਹੜੀ ਹੋਰ ਉੱਥੇ ਤੁਹਾਡੇ ਨਾਲ ਜਿਹੜੇ ਕੋਲੀਗਸ ਨੇ, ਸੋ ਉਹ ਤੁਹਾਨੂੰ ਜ਼ਰੂਰ ਪੁੱਛਦੇ ਹੋਣਗੇ ਅਬਾਊਟ ਦ ਟਰਬਨ, ਸੋ ਹਾਊ ਯੂ ਫੀਲ, ਤੁਹਾਨੂੰ ਕਿਵੇਂ ਫੀਲ ਹੁੰਦਾ? I'm very proud. Jadon vi koi milda hai hun te kafi information phail chuki hai, matlab jehda vi America de military che ga unna ne either article padhya hoyega ya no dekhi hoyegi kisi na kisi time te ke Sikh kon ne ke a key represent karte hai, right? So there is that at least baseline knowledge now ke a jehde hege ne ਇਹ ਵਾਰੀਅਰਸ ਹੈਗੇ ਨੇ, ਇਹ ਜਿਹੜਾ ਇਹਨਾਂ ਦਾ ਮਿਲਟਰੀ ਹੈਰੀਟੇਜ ਬਹੁਤ ਵੱਡੀ ਹੈਗੀ ਹੈ, ਇਹਨਾਂ ਦੀ ਸੈਕਰੀਫਾਈਸ ਵੀ ਹੈਗੀ ਹੈ ਕਿ ਵਰਲਡ ਵਾਰ 1 ਤੇ 2 ਦੇ ਅੰਦਰ ਓਵਰ 80,000 ਸਿੱਖ ਸੋਲਜਰਸ ਡਾਈਡ। ਸੋ ਹੁਣ ਅਮਰੀਕਾ ਦੇ ਮਿਲਟਰੀ ਨੂੰ ਹੌਲੀ ਹੌਲੀ ਪਤਾ ਚੱਲ ਰਿਹਾ ਕਿ ਅਸੀਂ ਕੌਣ ਹੈਗੇ। ਅਤੇ ਦੂਸਰੀ ਗੱਲ ਹੈ ਜੀ, ਦਿਸ ਇਜ਼ ਨਾਟ ਜਸਟ ਫੋਰ ਕਿਡਸ, ਆਈ ਗੈਟ ਲੋਟਸ ਆਫ ਅਡਲਟਸ ਆਲਸੋ, ਕਾਫੀ ਪ੍ਰੋਫੈਸ਼ਨਲ ਵੀ ਆਪਣੇ 30-40 ਸਾਲ ਦੇ ਉਮਰ ਦੇ ਅੰਦਰ ਅੰਦਰ ਆ ਕੇ ਪੁੱਛਦੇ ਨੇ ਕਿ ਯੂ ਨੋ ਹਾਊ ਕੈਨ ਵੀ ਸਰਵ, ਤੇ ਦੇਰ ਆਰ ਲੋਟਸ ਐਂਡ ਲੋਟਸ ਆਫ ਓਪਰਚੁਨਿਟੀਜ਼ ਜਿਹੜੇ ਆਰਮੀ ਅਤੇ ਏਅਰਫੋਰਸ ਹੈਗੇ ਨੇ, ਦੇ ਵਿਲ ਟੇਕ ਪ੍ਰੋਫੈਸ਼ਨਲ ਐਜ਼ ਆਫਿਸਰ, ਜੇ ਤੁਸੀਂ ਡਾਕਟਰ ਹੋ ਜਾਂ ਵਕੀਲ ਹੈਗੇ ਹੋ ਜਾਂ ਕੋਈ ਵੀ ਦੂਸਰੀ। ਓਕੇ, ਦੈਟਸ ਅ ਗੁੱਡ ਨਿਊਜ਼ ਫੋਰ ਦੈਮ ਆਲਸੋ, ਆਈ ਥਿੰਕ ਯੈਸ। ਓਕੇ, ਤੇ ਉਹ ਵੀ ਤੁਹਾਨੂੰ ਕੰਟੈਕਟ ਕਰ ਸਕਦੇ ਨੇ, ਤੇ ਡੈਫੀਨੇਟਲੀ ਯੂ ਕੈਨ ਆਲਸੋ ਕੰਟੈਕਟ ਜਿਹੜੇ ਪ੍ਰੋਫੈਸ਼ਨਲਸ ਇਫ ਦੇ ਵਾਂਟ ਟੂ ਅਪਲਾਈ, ਤੇ ਉਹਨਾਂ ਦੇ ਲਈ ਕੀ ਕੁਝ ਕ੍ਰਾਈਟੇਰੀਆ ਹੈਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਪਲੀਜ਼ ਤੁਸੀਂ ਜਾਣਕਾਰੀ ਦੇ ਦਿਓ। ਜ਼ਰੂਰ। ਸੋ ਫਰਸਟ ਐਂਡ ਫੋਰਮੋਸਟ ਯੂ ਹੈਵ ਟੂ ਬੀ ਇਨ ਗੁੱਡ ਸ਼ੇਪ, ਆਪਣਾ ਜਿਹੜਾ ਸਰੀਰ ਹੈਗਾ ਇਟ ਸ਼ੁੱਡ ਬੀ ਇਨ ਗੁੱਡ ਸ਼ੇਪ, ਸੋ ਯੂ ਨੀਡ ਟੂ ਬੀ ਏਬਲ ਟੂ ਰਨ, ਯੂ ਨੀਡ ਟੂ ਬੀ ਏਬਲ ਟੂ ਡੂ ਪੁਸ਼ ਅਪ, ਸਿਟ ਅਪ, ਥੋੜ੍ਹਾ ਬਹੁਤਾ ਗੂਗਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਜਾਂ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਜੀ, www.sava.org। ਯੂ ਕੈਨ ਲਰਨ ਅ ਲਿਟਲ ਬਿਟ ਮੋਰ ਅਬਾਊਟ ਦੀ ਵਟ ਇਟ ਮੀਨਸ ਟੂ ਬੀ ਅ ਸੋਲਜਰ, ਵਟ ਯੂ ਹੈਵ ਟੂ ਡੂ ਟੂ ਬੀ ਅ ਸੋਲਜਰ ਜੀ। ਅਤੇ ਅਸਾਈਡ ਫਰੋਮ ਦੀ ਫਿਜ਼ੀਕਲ ਰਿਕੁਆਇਰਮੈਂਟ, ਬਾਕੀ ਤੇ ਯੂ ਨੋ ਐਵਰੀਥਿੰਗ ਐਲਸ ਕਮਸ ਨੈਚੁਰਲੀ ਟੂ ਅਸ, ਜਿਹੜਾ ਜਿਹੜੀ ਬਰੇਵਰੀ ਹੈਗੀ ਹੈ, ਜਿਹੜੀ ਸੈਕਰੀਫਾਈਸ ਕਰਨੀ ਪੈਂਦੀ ਹੈ, ਜਿਹੜਾ ਯੂ ਨੋ ਆਲ ਦੀ ਆਰਮੀ ਵੈਲਿਊਜ, ਆਨੈਸਟੀ, ਹਾਰਡ ਵਰਕ, ਦੀਜ਼ ਆਰ ਆਲ ਥੌਟ ਟੂ ਅਸ ਗਰੋਇੰਗ ਅਪ ਐਜ਼ ਸਿੱਖ। ਸੋ ਯੂ ਨੋ ਜਸਟ ਬੀ ਅ ਗੁੱਡ ਸਿੱਖ ਐਂਡ ਦੈਟ ਵਿਲ ਮੇਕ ਯੂ ਅ ਗ੍ਰੇਟ ਸੋਲਜਰ। ਥੈਂਕ ਯੂ ਸੋ ਮਚ ਡਾਕਟਰ ਕਲਸੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਐਂਡ ਤੁਸੀਂ ਇੰਨੀ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ। ਆਈ ਥਿੰਕ ਜਿਹੜੇ ਵੀ ਬੱਚੇ ਆਪਣਾ ਸਕੂਲ ਪ੍ਰੋਗਰਾਮ ਜਾਂ ਕਾਲਜ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਇਫ ਦੇ ਵਾਂਟ ਟੂ ਜੁਆਇਨ ਯੂ ਐਸ ਆਰਮੀ, ਡੈਫੀਨੇਟਲੀ ਉਹਨਾਂ ਨੂੰ ਜਾਣਕਾਰੀ ਮਿਲੀ ਹੋਏਗੀ। ਜਿਵੇਂ ਕਿ ਤੁਸੀਂ ਸਾਨੂੰ ਦੱਸਿਆ ਕਿ ਜੇਕਰ ਅਡਲਟਸ ਭਾਵੇਂ ਉਹ ਕਿਸੇ ਵੀ ਫੀਲਡ ਦੇ ਵਿੱਚ ਨੇ, ਅਗਰ ਉਹ ਵੀ ਜੁੜਨਾ ਚਾਹੁੰਦੇ ਹਨ ਤਾਂ ਉਹਨਾਂ ਦੇ ਲਈ ਵੀ ਭਵਿੱਖ ਹੈਗਾ ਯੂ ਐਸ ਆਰਮੀ ਦੇ ਵਿੱਚ। ਯੂ ਹੈਵ ਦੈਟ ਫਿਊਚਰ ਇਨ ਯੂ ਐਸ ਆਰਮੀ, ਯੂ ਕੈਨ ਬੀ ਅ ਪਾਰਟ ਆਫ ਯੂ ਐਸ ਆਰਮੀ, ਤੁਸੀਂ ਬਣ ਸਕਦੇ ਹੋ, ਜਾ ਸਕਦੇ ਹੋ। ਐਂਡ ਡੈਫੀਨੇਟਲੀ ਮੈਨੂੰ ਲੱਗਦਾ ਕਿ ਸਾਡੀ ਯੂਥ ਨੂੰ ਹੁਣ, ਕਿਉਂਕਿ ਅਸੀਂ ਜਦ ਇਸ ਧਰਤੀ ਦੇ ਉੱਤੇ ਆ ਕੇ ਵਸ ਜਾਂਦੇ ਹਾਂ, ਮੈਨੂੰ ਪਤਾ ਹੈ ਕਿ ਜਦ ਅਸੀਂ ਹੁਣ ਇਹ ਰਿਪੋਰਟ ਸ਼ੋਅ ਕਰ ਰਹੇ ਹਾਂ ਕਿ ਇੰਡੀਆ ਦੇ ਵਿੱਚ ਕਿਵੇਂ ਸੈਕਰੀਫਾਈਸ ਕੀਤਾ, ਬਲੀਦਾਨ ਦਿੱਤਾ ਸਿੱਖਾਂ ਨੇ, ਅਤੇ ਮੈਨੂੰ ਲੱਗਦਾ ਕਿ ਹੁਣ ਬੱਚਿਆਂ ਨੂੰ ਲੋੜ ਹੈਗੀ ਹੈ ਇਸ ਮੁਲਕ ਦੇ ਵਿੱਚ ਕੰਟਰੀਬਿਊਟ ਕਰਨ ਦੀ ਔਰ ਦੱਸਣ ਦੀ ਕਿ ਸਾਡੇ ਅੰਦਰ ਉਹ ਜਜ਼ਬਾ ਅੱਜ ਵੀ ਕਾਇਮ ਹੈਗਾ, ਸਾਡੇ ਅੰਦਰ ਉਹ ਅੱਜ ਵੀ ਖੂਨ ਗਾਇਬ ਜਿਹੜਾ ਅਸੀਂ ਪੰਜਾਬ ਦੇ ਵਿੱਚ ਗਾਇਬ ਕਰ ਚੁੱਕੇ ਹਾਂ ਉਹ ਅੱਜ ਵੀ ਸਾਡੇ ਵਿੱਚ ਇੱਥੇ ਮੌਜੂਦ ਹੈਗਾ। ਕਿਉਂਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦ ਮੈਂ ਆਂਕੜਿਆਂ ਦੀ ਗੱਲ ਕਰਦਾ, ਘਰ ਦਾ ਇੱਕ ਬੱਚਾ ਜਿਹੜਾ ਉਹ ਫੌਜ ਦੇ ਵਿੱਚ ਭਰਤੀ ਹੁੰਦਾ ਸੀਗਾ, ਲੇਕਿਨ ਅੱਜ ਮੈਨੂੰ ਇਹ ਜ਼ਰੂਰ ਕਹਿਣਾ ਪਏਗਾ ਕਿ ਕੌਮ ਦੇ ਵਿੱਚ ਇੰਨੀ ਤਰਾਸਦੀ ਆ ਚੁੱਕੀ ਹੈ ਕਿ ਇੱਕ ਬੱਚਾ ਨਸ਼ੇ ਦੇ ਵਿੱਚ ਚਲਾ ਗਿਆ।
ਤੇ ਅੱਜ ਜਦ ਅਸੀਂ ਸੱਤ ਸਮੁੰਦਰ ਪਾਰ ਆ ਕੇ ਵਸਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਹ ਜਜ਼ਬਾ ਅਸੀਂ ਜ਼ਮੀਨੀ ਪੱਧਰ 'ਤੇ ਇੱਥੇ ਪੈਦਾ ਕਰ ਸਕਦੇ ਹਾਂ ਆਪਣੇ ਬੱਚਿਆਂ ਦੇ ਵਿੱਚ, ਜਿਵੇਂ ਸਾਨੂੰ ਡਾਕਟਰ ਕਲਸੀ ਨੇ ਦੱਸਿਆ। ਡਾਕਟਰ ਕਲਸੀ, ਐਨੀਥਿੰਗ ਐਲਸ ਯੂ ਵਾਂਟ ਟੂ ਸ਼ੇਅਰ ਵਿਦ ਆਰ ਵਿਊਅਰਸ ਜਾਂਦੇ ਜਾਂਦੇ? ਹਾਂਜੀ ਜ਼ਰੂਰ ਵੀਰ ਜੀ, ਐਕਚੁਅਲੀ ਸਾਡੇ 24 ਤਰੀਕ ਨੂੰ, ਅਗਸਤ 24 ਤਰੀਕ ਨੂੰ ਇੱਥੇ ਪ੍ਰਿੰਸਟਨ ਯੂਨੀਵਰਸਿਟੀ 'ਤੇ ਅਸੀਂ ਫਿਲਮ ਫੈਸਟੀਵਲ ਕਰ ਰਹੇ ਹਾਂ ਵਿਦ ਆਵਰ ਪਾਰਟਨਰਸ ਐਟ ਸਿੱਖ ਲੈਂਡ। ਸੋ ਇਹ ਨਿਊ ਜਰਸੀ ਦਾ ਸਿੱਖ ਫਿਲਮ ਫੈਸਟੀਵਲ ਹੈਗਾ ਅਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਆਓ ਇਸ ਇਵੈਂਟ ਨੂੰ ਸਪੋਰਟ ਕਰੋ। ਸਾਡੀ ਵੈਬਸਾਈਟ 'ਤੇ ਜਾ ਕੇ ਅਤੇ ਟਿਕਟਾਂ ਲੈ ਸਕਦੇ ਹੋ। ਅਤੇ ਦੀਜ਼ ਆਰ ਵੈਰੀ ਵੈਰੀ ਬਿਊਟੀਫੁਲੀ ਮੇਡ ਪ੍ਰੋਫੈਸ਼ਨਲ ਮੂਵੀਜ਼ ਅਬਾਊਟ ਆਵਰ ਸਿੱਖ ਹਿਸਟਰੀ, ਅਬਾਊਟ ਆਵਰ ਸਿੱਖ ਹੈਰੀਟੇਜ, ਅਬਾਊਟ ਆਵਰ ਅਬਾਊਟ ਹੂ ਵੀ ਆਰ, ਸਾਡੇ ਆਪਣੇ ਕੌਮ ਅਤੇ ਸਾਡੀ ਸੁਸਾਇਟੀ ਬਾਰੇ। ਸੋ ਪਲੀਜ਼ ਤੁਸੀਂ ਜ਼ਰੂਰ ਆਓ, ਆਪਣੇ ਨੇਬਰਸ ਦੇ ਦੋਸਤਾਂ ਨੂੰ ਲੈ ਕੇ ਆਓ, ਆਪਣੇ ਫੈਮਿਲੀ ਪਰਿਵਾਰ ਸਾਰਿਆਂ ਨੂੰ ਲੈ ਕੇ ਆਓ। ਅਤੇ ਇਟਸ ਗੋਇੰਗ ਟੂ ਬੀ ਅ ਵੰਡਰਫੁਲ 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 ਫਿਲਮ ਫੈਸਟੀਵਲ। Thank you so much, Dr. Kalsi, for this information. We salute you definitely, and tusi isi tarike nal serve karde raho aur sanu proud feel karaunde raho aur sadi qaum nu proud feel karaunde raho. Bahut bahut wadi meharbani. Thank you Vijay ji, thank you so much. So mera aaj maqsad kyon siga inna nu lyaun da, mera maqsad eh siga ki main dassna chahunda siga apne darshakan nu ki dekho ki kis tarike nal sanu is mulk de vich recognition mil rahi hai, ਇਸ ਮੁਲਕ ਦੇ ਵਿੱਚ ਸਾਨੂੰ ਇਹ ਉਹ ਪਹਿਚਾਣ ਮਿਲ ਰਹੀ ਹੈ, ਸਾਡੀ ਸਾਨੂੰ ਵੈਲਕਮ ਕੀਤਾ ਜਾ ਰਿਹਾ। ਮੈਂ ਨਹੀਂ ਕਹਾਂਗਾ ਕਿ ਇੰਡੀਆ ਦੇ ਵਿੱਚ ਇਹ ਸਭ ਕੁਝ ਨਹੀਂ ਹੋ ਰਿਹਾ, ਬਟ ਮੈਂ ਇਸ ਗੱਲ ਨੂੰ ਜ਼ਰੂਰ ਕਹਾਂਗਾ ਕਿ ਉੱਥੇ ਅੱਜ ਕਿਉਂ ਇਹ ਤਰਾਜ਼ਦੀ ਆਈ ਹੋਈ ਹੈ ਕਿ ਮਿਨੋਰਿਟੀਜ਼ ਦੇ ਵਿੱਚ ਉਹ ਕੌਨਫੀਡੈਂਸ ਲੈਵਲ ਪੈਦਾ ਨਹੀਂ ਹੋ ਪਾ ਰਿਹਾ। ਕਿਉਂ ਅੱਜ ਜਿਹੜਾ ਘਰ ਦਾ ਬੱਚਾ ਹੈ ਉਹ ਆਰਮੀ ਨਹੀਂ ਜੁਆਇਨ ਕਰਨਾ ਚਾਹੁੰਦਾ? ਅੱਜ ਕਿਸ ਗੱਲ ਦੀ ਉੱਥੇ ਜਿਹੜੀ ਹੈ ਨਜ਼ਰ ਲੱਗ ਗਈ ਹੈ? ਮੈਂ ਜਦ ਪੰਜਾਬ ਦੇ ਵੱਲ ਤੁਰ ਜਾਂਦਾ ਤਾਂ ਮੈਂ ਜਿਹੜਾ ਫੈਕਟਸ ਤੁਹਾਡੇ ਸਾਹਮਣੇ ਰੱਖੇ ਕਿ ਘਰ ਦਾ ਇੱਕ ਬੱਚਾ ਜ਼ਰੂਰ ਜਾਂਦਾ ਸੀਗਾ, ਅੱਜ ਤਰਾਸਦੀ ਹੈ ਸਾਡੀ ਕੌਮ ਦੀ ਕਿ ਘਰ ਦਾ ਬੱਚਾ ਫੌਜ ਦੇ ਵਿੱਚ ਤਾਂ ਨਹੀਂ ਨਸ਼ੇ ਦੇ ਵਿੱਚ ਜ਼ਰੂਰ ਜਾਣਾ ਚਾਹੁੰਦਾ। ਕਰਾਂਗੇ ਇਸ ਮੁਤਲਕ ਵਿਚਾਰ ਵਟਾਂਦਰਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਕਰ ਰਹੇ ਸੀਗੇ ਕਿ ਕਿਸ ਤਰੀਕੇ ਦਾ ਯੋਗਦਾਨ ਜਿਹੜਾ ਉਹ ਸਿੱਖ ਕੌਮ ਦਾ ਰਿਹਾ, ਅਤੇ ਲੇਕਿਨ ਅੱਜ ਅਸੀਂ ਇੱਥੇ ਆ ਕੇ ਵਸ ਗਏ ਤਾਂ ਆਈ ਜਸਟ ਵੁੱਡ ਲਾਈਕ ਟੂ ਟਾਕ ਅਬਾਊਟ ਕਿ ਇੱਥੇ ਕੀ ਚੱਲ ਰਿਹਾ ਹੈ, ਕਿਉਂਕਿ ਹੁਣ ਬਹੁਤ ਸਾਰੀ ਗੱਲਾਂ ਇਸ ਮੰਚ ਦੇ ਉੱਤੇ ਅਸੀਂ ਕੀਤੀਆਂ, ਲੇਕਿਨ ਅਸੀਂ ਚਾਹੁੰਦੇ ਸੀਗੇ ਕਿ ਜੋ ਬਲੱਡ ਦੇ ਵਿੱਚ ਸਾਡੇ ਹੈਗਾ ਹੈ ਉਹ ਅੱਜ ਸਾਡੇ ਬੱਚੇ ਇਸ ਗੱਲ ਨੂੰ ਜ਼ਰੂਰ ਸਮਝਣ। ਔਰ ਜਿਵੇਂ ਸਾਨੂੰ ਡਾਕਟਰ ਕਲਸੀ ਦੱਸ ਗਏ ਸੀਗੇ ਉਹਨੇ ਬ੍ਰੇਕ ਤੋਂ ਪਹਿਲਾਂ ਕਿ ਅਸੀਂ ਜੁਆਇਨ ਕਰ ਸਕਦੇ ਹਾਂ US ਆਰਮੀ ਨੂੰ, ਔਰ ਸਾਡੇ ਕੋਲ ਮੌਕਾ ਹੈਗਾ, ਔਰ ਤੁਸੀਂ ਉਹਨਾਂ ਨੂੰ ਮੇਲ ਵੀ ਕਰ ਸਕਦੇ ਹੋ kalsi@seva.org ਦੇ ਵਿੱਚ, ਤਾਂ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਦੇ ਕੈਨ ਟੈਲ ਯੂ ਅਬਾਊਟ ਕਿ US ਆਰਮੀ ਦੇ ਵਿੱਚ ਜਾਣ ਦੀ ਕੀ ਫੋਰਮੈਲਿਟੀਜ਼ ਹਨ, ਅਤੇ ਜਿਹੜੇ ਪ੍ਰੋਫੈਸ਼ਨਲਸ ਹਨ ਉਹ ਵੀ ਜੁਆਇਨ ਕਰ ਸਕਦੇ ਹਨ। ਅਤੇ ਜਦ ਅਸੀਂ ਅੱਜ ਫਿਗਰਸ ਤੁਹਾਡੇ ਸਾਹਮਣੇ ਰੱਖੀਆਂ ਤਾਂ ਸਾਨੂੰ ਯਾਦ ਹੈ ਕਿ 1947 ਤੋਂ ਪਹਿਲਾਂ ਜਿੰਨੇ ਵੀ ਫਰੀਡਮ ਫਾਈਟਰਸ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣਾ ਯੋਗਦਾਨ ਪਾਇਆ ਸੀਗਾ, ਲੇਕਿਨ ਇਹ ਕਹਾਣੀ ਜਿਹੜੀ ਹੈ 1947 ਤੱਕ ਦੀ ਹੀ ਨਹੀਂ ਹੈਗੀ ਹੈ, ਸਗੋਂ 1947 ਦੇ ਬਾਅਦ ਜਦ ਬਟਵਾਰਾ ਹੋਇਆ ਭਾਰਤ ਅਤੇ ਪਾਕਿਸਤਾਨ ਦਾ, ਤਾਂ ਡੈਫੀਨੇਟਲੀ ਇਹਨਾਂ ਗੱਲਾਂ ਦੇ ਵਿੱਚ ਕੋਈ ਦੁਰਾਵਾ ਨਹੀਂ ਕਿ ਕਤਲੇਆਮ ਉਸ ਪਾਸੇ ਵੀ ਹੋਇਆ, ਕਤਲੇਆਮ ਇਸ ਪਾਸੇ ਵੀ ਹੋਇਆ। ਔਰ ਜਦ ਉਹ ਲਕੀਰ ਬਣ ਗਈ ਤਾਂ ਅਗਰ ਨੁਕਸਾਨ ਹੋਇਆ ਤਾਂ ਉਹ ਪੰਜਾਬ ਦਾ ਹੋਇਆ। ਇੱਕ ਪੰਜਾਬ ਉਸ ਪਾਸੇ ਚਲਾ ਗਿਆ, ਇੱਕ ਪੰਜਾਬ ਇਸ ਪਾਸੇ ਆ ਗਿਆ। ਔਰ ਅੱਜ ਤਰਾਸਦੀ ਹੈ ਕਿ ਉਸ ਪੰਜਾਬ ਨੂੰ ਇਕੱਠਾ ਨਹੀਂ ਕਰ ਸਕਿਆ ਜਾ ਸਕਾ। ਵੱਖ ਵੱਖ ਔਰਗਨਾਈਜੇਸ਼ਨਸ ਜਿਹੜੀਆਂ ਹਨ ਉਹ ਆਪਣੀ ਆਈਡੀਓਲੋਜੀ ਦੇ ਨਾਲ ਕੰਮ ਕਰ ਰਹੀਆਂ ਹਨ, ਉਹ ਵੀ ਜਿਹੜੀ ਅੱਜ ਪ੍ਰੋਟੈਸਟ ਹੈਗਾ ਅਮੈਰੀਕਾ ਦੇ ਵਿੱਚ ਉਹਨਾਂ ਔਰਗਨਾਈਜੇਸ਼ਨਸ ਵੱਲੋਂ ਵੇਖਿਆ ਗਿਆ। ਕਿਉਂਕਿ ਜਦ ਅਸੀਂ ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹਾਂ ਤਾਂ ਇਸ ਮੁਲਕ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਔਰ ਆਪਣੀ ਗੱਲ ਦੱਸਣ ਦੀ ਇਜਾਜ਼ਤ ਹੈ, ਲੇਕਿਨ ਕੀ ਉਹ ਆਈਡੀਓਲੋਜੀ
ਇੰਡੀਆ ਮੰਨਦੀ ਆ ਕਿ ਉਹ ਆਈਡੀਓਲੋਜੀ ਹਕੂਮਤ ਵੈਲਕਮ ਕਰਦੀ ਹੈ। ਠੀਕ ਹੈ ਕਿ ਅੱਜ ਕੈਲੀਫੋਰਨੀਆ ਦੇ ਵਿੱਚ ਕਈ ਤਸਵੀਰਾਂ ਵਾਇਰਲ ਹੋਈਆਂ, ਨਿਊਯਾਰਕ ਦੇ ਵਿੱਚ ਬਾਕਾਇਦਾ ਤੌਰ ਦੇ ਉੱਤੇ ਯੂਐਨ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ, ਲੇਕਿਨ ਜਦ ਸਾਡੀ ਗੱਲ ਹੋਈ ਕੌਂਸਲਰ ਜਨਰਲ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਹਾਲ ਫਿਲਹਾਲ ਦੇ ਵਿੱਚ ਭਾਰਤ ਦੇ ਵਿੱਚ ਸਰਕਾਰ ਹੈ ਉਹ ਅਮਨ ਅਤੇ ਸ਼ਾਂਤੀ ਦੀ ਗੱਲ ਕਰਦੀ ਹੈ। ਪਹਿਲਾਂ ਹੀ ਇੰਡੀਆ ਦੇ ਵਿੱਚ ਬ੍ਰਿਟਿਸ਼ਰਸ ਨੇ ਬਹੁਤ ਨੁਕਸਾਨ ਪਹੁੰਚਾਇਆ ਇੰਡੀਆ ਨੂੰ, ਹੁਣ ਕੋਈ ਵੀ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੀ ਵੱਖਰੀ ਮੰਗ ਕਰਦਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਅਮਨ ਸ਼ਾਂਤੀ ਜਿਹੜੀ ਉਹ ਬਹਾਲ ਰਹੇ। ਉਹਨਾਂ ਨੇ ਅੱਜ ਤੱਕ ਕਿਹਾ ਕਿ ਜਿਹੜਾ ਕਸ਼ਮੀਰ ਦਾ ਮੁੱਦਾ ਹੈਗਾ ਉਹ ਬਹੁਤ ਅਹਿਮ ਚੱਲ ਰਿਹਾ ਸੀਗਾ। ਆਰਟੀਕਲ 371 ਤੋਂ ਬਾਅਦ ਕਸ਼ਮੀਰ ਦਾ ਮੁੱਦਾ ਜਿਹੜਾ ਹੁਣ ਉਹ ਸ਼ਾਂਤ ਹੋਏਗਾ, ਆਪਸੀ ਭਾਈਚਾਰਾ ਇੰਡੀਆ ਦੇ ਵਿੱਚ ਬਣਿਆ ਰਹੇਗਾ ਅਤੇ ਕਈ ਸਾਰੇ ਅੱਜ ਪ੍ਰੋਟੈਸਟ ਵੀ ਕਸ਼ਮੀਰ ਨੂੰ ਲੈ ਕੇ ਅਮੈਰੀਕਾ ਦੇ ਵਿੱਚ ਵੇਖੇ ਗਏ, ਕਿਉਂਕਿ ਹਰ ਆਈਡੀਓਲੋਜੀ ਨੂੰ ਆਪਣੀ ਗੱਲ ਕਹਿਣ ਦਾ ਇਸ ਮੁਲਕ ਦੇ ਵਿੱਚ ਉਹਨਾਂ ਨੂੰ ਫਰੀਡਮ ਹੈਗੀ ਹੈ। ਪਰ ਸਵਾਲ ਵੱਡਾ ਇੱਥੇ ਇਹ ਖੜ੍ਹਾ ਹੁੰਦਾ ਕਿ ਰੋਡ ਮੈਪ ਕੀ ਤਿਆਰ ਹੋਣਾ ਚਾਹੀਦਾ। ਸਵਾਲ ਇੱਥੇ ਵੱਡਾ ਇਹ ਖੜ੍ਹਾ ਹੁੰਦਾ ਕਿ ਅੱਜ ਵੀ ਅਗਰ ਭਾਰਤ ਦੇ ਵਿੱਚ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਸਿੱਖ ਬਟੈਲੀਅਨ ਨੂੰ ਸਭ ਤੋਂ ਪਹਿਲਾਂ ਸਟੈਂਡ ਬਾਏ ਦੇ ਵਿੱਚ ਰੱਖਿਆ ਜਾਂਦਾ ਕਿ ਅਗਰ ਕੁਛ ਵੀ ਹੋਇਆ ਤਾਂ ਇਹ ਬਟੈਲੀਅਨ ਤਾਂ ਸਾਨੂੰ ਬਚਾ ਹੀ ਲਏਗੀ। ਇਹਦਾ ਪ੍ਰੈਕਟੀਕਲ ਐਗਜ਼ਾਮਪਲ ਹੈ 1947 ਤੋਂ ਬਾਅਦ ਜਦ 1965 ਆਇਆ ਤਾਂ ਸਭ ਤੋਂ ਪਹਿਲੀ ਜੰਗ ਹੋਈ ਪਾਕਿਸਤਾਨ ਦੇ ਨਾਲ, ਔਰ ਜਦ ਜੰਗ ਹੋਈ ਪਾਕਿਸਤਾਨ ਦੇ ਨਾਲ ਤਾਂ ਹਰ ਬਟੈਲੀਅਨ ਨੇ ਉਸ ਜੰਗ ਦੇ ਵਿੱਚ ਹਿੱਸਾ ਲਿਆ, ਭਾਵੇਂ ਉਹ ਗੋਰਖਾ ਰੈਜੀਮੈਂਟ ਹੋਏ, ਭਾਵੇਂ ਉਹ ਹਿੰਦੂ ਰੈਜੀਮੈਂਟ ਹੋਏ, ਭਾਵੇਂ ਉਹ ਹੋਰ ਕਿਸੇ ਰਿਲੀਜਨ ਨਾਲ ਸੰਬੰਧ ਰੱਖਦੀ ਹੋਏ ਰੈਜੀਮੈਂਟ ਹੋਏ, ਲੇਕਿਨ ਅਗਰ ਹਿੱਕ ਦੇ ਜ਼ੋਰ ਨਾਲ ਔਰ ਅਗਰ ਸਭ ਤੋਂ ਅੱਗੇ ਕੋਈ ਰਹੀ ਤਾਂ ਉਹ ਸਿੱਖ ਬਟੈਲੀਅਨ ਰਹੀ। ਇਤਿਹਾਸ ਅੱਜ ਵੀ ਇਸ ਗੱਲ ਨੂੰ ਬਿਆਨ ਕਰਦਾ। ਹੁਣ ਅਸੀਂ 1971 ਦੀ ਵਾਰ ਦੀ ਗੱਲ ਕਰ ਲੈਂਦੇ ਹਾਂ ਜਦ ਬਾਂਗਲਾਦੇਸ਼ ਹੋਂਦ ਦੇ ਵਿੱਚ ਆਇਆ, ਤਾਂ ਅਗਰ ਕੋਈ ਬਟੈਲੀਅਨ ਸਭ ਤੋਂ ਅੱਗੇ ਰਹੀ ਤਾਂ ਉਹ ਸਿੱਖ ਬਟੈਲੀਅਨ ਰਹੀ। ਇਸ ਗੱਲ ਦਾ ਅਹਿਸਾਸ 1999 ਦੇ ਵਿੱਚ ਵੀ ਹੋਇਆ ਜਦ ਕਾਰਗਿਲ ਵਾਰ ਹੋਈ, ਔਰ ਜਦ ਟਾਈਗਰ ਹਿੱਲ ਨੂੰ ਜਿੱਤਣਾ ਸੀਗਾ, ਕਿਉਂਕਿ ਸਭ ਤੋਂ ਵੱਡਾ ਚੈਲੰਜ ਇਨ ਦਾ ਕਾਰਗਿਲ ਵਾਰ ਵਾਜ਼ ਟਾਈਗਰ ਹਿੱਲ, ਅਗਰ ਟਾਈਗਰ ਹਿੱਲ ਨੂੰ ਕੋਈ ਛੁਡਵਾ ਕੇ ਲਿਆਇਆ ਤਾਂ ਉਹਦੇ ਵਿੱਚ ਵੀ ਸਿੱਖ ਬਟੈਲੀਅਨ ਦਾ ਹੱਥ ਸੀਗਾ। 1999 ਤੋਂ ਬਾਅਦ ਸਮਾਂ ਚੱਲਦਾ ਗਿਆ, ਅਟਲ ਬਿਹਾਰੀ ਵਾਜਪਾਈ ਉਸ ਟਾਈਮ ਸਾਬਕਾ ਪ੍ਰਧਾਨ ਮੰਤਰੀ ਸੀਗੇ, 2003 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦੇ ਹਨ ਤਾਂ ਰਿਲੇਸ਼ਨਸ਼ਿਪ ਫਿਰ ਡਿਪਲੋਮੈਟਿਕ ਸ਼ੁਰੂ ਹੋ ਜਾਂਦੇ ਹਨ, ਇੰਡੋ ਪਾਕ ਦਾ ਜਿਹੜਾ ਜਿਹੜਾ ਟ੍ਰੇਡ ਹੈ ਉਹ ਫਿਰ ਤੋਂ ਮੁੜ ਸ਼ੁਰੂ ਹੋ ਜਾਂਦਾ। 2014 ਦੇ ਵਿੱਚ ਜਦ NDA ਦੀ ਗਵਰਨਮੈਂਟ ਬਣਦੀ ਹੈ, ਨਰਿੰਦਰ ਮੋਦੀ ਜਦ ਹੋਂਦ ਦੇ ਵਿੱਚ ਆਉਂਦੇ ਹਨ ਸਰਕਾਰ ਬਣਾਉਣ ਦੇ ਹਨ, ਤਾਂ ਉਹਨਾਂ ਦੀ ਸਭ ਤੋਂ ਪਹਿਲਾ ਜਿਹੜਾ ਚੈਲੰਜ ਸੀਗਾ ਕਿ ਮੇਰੇ ਜਿਹੜੇ ਵੀ ਗੁਆਂਢੀ ਮੁਲਕ ਨੇ ਮੈਂ ਉਹਨਾਂ ਦੇ ਨਾਲ ਜਿਹੜੇ ਸੰਬੰਧ ਹੈ ਉਹ ਸਭ ਤੋਂ ਵਧੀਆ ਰੱਖਣਾ ਚਾਹੁੰਦਾ, ਔਰ ਉਹਨਾਂ ਸੰਬੰਧ ਨੂੰ ਵਧੀਆ ਰੱਖਣ ਦੇ ਲਈ ਉਹਨਾਂ ਨੇ ਕਈ ਸਾਰੇ ਮੁਲਕਾਂ ਦਾ ਦੌਰਾ ਕੀਤਾ। ਉਹ ਪਾਕਿਸਤਾਨ ਵੀ ਗਏ, ਰਿਲੇਸ਼ਨਸ਼ਿਪ ਸੁਧਾਰਨ ਦੀ ਗੱਲ ਵੀ ਉਹਨਾਂ ਦੇ ਲੀਡਰਸ ਵੱਲੋਂ ਕੀਤੀ ਗਈ, ਲੇਕਿਨ ਜਦ ਗੱਲ ਸਿੱਖ ਕੌਮ ਦੀ ਆਉਂਦੀ ਆ ਤਾਂ ਸਟੈਂਡ BJP ਦਾ, ਸਟੈਂਡ NDA ਲੀਡਰਸ ਦਾ ਸਪਸ਼ਟ ਨਹੀਂ ਹੁੰਦਾ। ਇਹ ਲਗਾਤਾਰ ਵੱਖ ਵੱਖ ਪਾਰਟੀਆਂ ਔਰ ਔਰਗਨਾਈਜੇਸ਼ਨ ਜੋ ਕਿ ਇੰਡੀਆ ਤੋਂ ਹੀ ਓਪਰੇਟ ਕਰਦੀਆਂ ਹਨ ਉਹਨਾਂ ਨੇ ਕਿਹਾ, ਲੇਕਿਨ ਅੱਜ ਜਦ ਮੈਂ ਦੂਜੇ ਪਾਸੇ ਗੱਲ ਕਰਦਾ ਪ੍ਰਾਈਮ ਮਿਨਿਸਟਰ ਮੋਦੀ ਦੀ ਤਾਂ ਉਹ ਇਹ ਕਹਿੰਦੇ ਹਨ ਕਿ ਸਭ ਤੋਂ ਵੱਡੀ ਦੇਣ ਔਰ ਦੇਸ਼ ਨੂੰ ਆਜ਼ਾਦ ਕਰਾਉਣ ਦੀ ਹੈ ਤਾਂ ਉਹ ਸਿੱਖਾਂ ਦੀ ਹੈ, ਕਿਉਂਕਿ ਅਸੀਂ ਪ੍ਰੈਜ਼ੈਂਟ ਦੀ ਗੱਲ ਕਰਨਾ ਚਾਹੁੰਦੇ ਹਾਂ।
ਅਸੀਂ ਆਲਰੇਡੀ ਪਾਸਟ ਬਹੁਤ ਗੱਲਾਂ ਕਰ ਚੁੱਕੇ ਹਾਂ, ਕਿਉਂਕਿ ਹੁਣ ਜਦ ਅਗਰ ਕੋਈ ਚੇਂਜ ਚਾਹੀਦਾ ਤਾਂ ਉਹ ਦਿਸਣਾ ਵੀ ਚਾਹੀਦਾ ਕਿ ਐਂਡ ਦੇ ਵਿੱਚ ਰਿਜ਼ਲਟ ਜਿਹੜਾ ਉਹ ਕੀ ਆ ਰਿਹਾ। ਮਿਨੋਰਟੀਜ਼ ਦੇ ਵਿੱਚ ਕੌਨਫੀਡੈਂਸ ਲੈਵਲ ਪੈਦਾ ਕਰਾਉਣ ਦੀ ਜਿਹੜੀ ਗੱਲ ਹੈ ਉਹ ਕਈ ਸਾਰੀ ਔਰਗਨਾਈਜੇਸ਼ਨਸ ਨੇ ਕਹੀ, ਅਤੇ ਕਿਉਂ ਸਿੱਖ ਬਟੈਲੀਅਨ ਨੂੰ ਹੀ ਅੱਗੇ ਕਰ ਦਿੱਤਾ ਜਾਂਦਾ ਹੈ ਕਿ ਜਾਓ ਲੜੋ ਅਤੇ ਸ਼ਹੀਦ ਹੋਵੋ। ਇਤਰਾਜ਼ ਦੀ ਅੱਜ ਤੋਂ ਨਹੀਂ, ਗੁਰੂ ਸਾਹਿਬਾਨਾਂ ਦੇ ਦੌਰਾਨ ਤੋਂ ਚੱਲਦੀ ਹੋਈ ਆ ਰਹੀ ਹੈ। ਤੱਤੀ ਤਵੀ ਤੋਂ ਸਫ਼ਰ ਅੱਜ ਤੋਪਾਂ ਤੱਕ ਪਹੁੰਚ ਚੁੱਕਿਆ। ਅਗਰ ਕਿਸੇ ਨੂੰ ਨੁਕਸਾਨ ਹੋਇਆ ਤਾਂ ਤੁਹਾਨੂੰ ਅਤੇ ਸਾਨੂੰ, ਆਖਿਰ ਕਿਉਂ? ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਚੱਲ ਰਹੀ ਸੀਗੀ ਅੱਜ ਭਾਰਤ ਦੇ ਵਿੱਚ ਆਜ਼ਾਦੀ ਮਨਾਈ ਜਾ ਰਹੀ ਹੈ ਔਰ ਇਸ ਆਜ਼ਾਦੀ ਨੂੰ ਲੈ ਕੇ ਕਈ ਸਾਰੇ ਪ੍ਰੋਟੈਸਟ ਵੀ ਅੱਜ ਅਸੀਂ ਇਸ ਧਰਤੀ ਦੇ ਉੱਤੇ ਵੇਖੇ ਜਿਨ੍ਹਾਂ ਦੀ ਵਿਚਾਰਧਾਰਾ ਨਹੀਂ ਮੈਚ ਕਰਦੀ ਉਸ ਆਜ਼ਾਦੀ ਦੇ ਨਾਲ। ਔਰ ਲੇਕਿਨ ਕਈ ਸਾਰੇ ਸਟੇਟਸ ਦੇ ਵਿੱਚ, ਮੈਂ ਭਾਵੇਂ ਅਗਰ ਕੈਲੀਫੋਰਨੀਆ ਦੀ ਗੱਲ ਕਰਾਂ ਵੈਸਟ ਕੋਸਟ ਦੀ, ਤਾਂ ਉੱਥੇ ਕੌਂਸਲੇਟ ਦੇ ਵਿੱਚ ਇੰਡੀਪੈਂਡੈਂਸ ਡੇ ਮਨਾਇਆ ਗਿਆ, ਵਾਸ਼ਿੰਗਟਨ ਡੀ ਸੀ ਦੇ ਵਿੱਚ, ਨਿਊਯਾਰਕ ਦੇ ਵਿੱਚ ਬਕਾਇਦਾ ਦੌਰ 'ਤੇ ਇੰਡੀਪੈਂਡੈਂਸ ਡੇ ਮਨਾਇਆ ਗਿਆ। ਰਾਸ਼ਟਰਪਤੀ ਦਾ ਸੁਨੇਹਾ ਵੀ ਆਇਆ ਕਿ 550 ਪ੍ਰਕਾਸ਼ ਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਉਹ ਬੜੇ ਹੀ ਹਰਸ਼ੋ ਹਲਾਸ ਨਾਲ ਮਨਾਇਆ ਜਾਵੇਗਾ ਪੂਰੇ ਵਰਲਡ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦਾ ਸੁਨੇਹਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ ਔਰ ਕਿਸ ਤਰੀਕੇ ਦੀ ਉਹ ਇਨਸਾਨੀਅਤ ਦੀ ਗੱਲ ਕਰਦੇ ਸੀਗੇ, ਸਾਂਝੀਵਾਲਤਾ ਦੀ ਗੱਲ ਕਰਦੇ ਸੀਗੇ, ਤਾਂ ਜਿਹਾ ਸੁਨੇਹਾ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਕਮਲਨਾਥ, ਮੈਂ ਮਾਫੀ ਚਾਹਾਂਗਾ, ਜਿਹੜੇ ਕੋਵਿੰਦ ਨੇ, ਉਹਨਾਂ ਦੀ ਤਰਫੋਂ ਆਇਆ ਸੀਗਾ ਔਰ ਉਹਨਾਂ ਨੇ ਇਸ ਗੱਲ ਨੂੰ ਕਹਿਣ ਦੀ ਵੀ ਗੱਲ ਰੱਖੀ ਸੀਗੀ ਕਿ ਅਸੀਂ ਪੂਰੇ ਅਮੈਰੀਕਾ ਦੇ ਵਿੱਚ ਜਿਹੜੀ ਸਾਡੀ ਅੰਬੈਸੀਜ਼ ਹਨ, ਜਿਹੜੇ ਸਾਡੇ ਬ੍ਰੈਂਡ ਅੰਬੈਸਡਰ ਹਨ, ਉਹ ਗੁਰੂ ਨਾਨਕ ਦੇਵ ਜੀ ਦੀ ਟੀਚਿੰਗਸ ਔਰ ਪ੍ਰੀਚਿੰਗਸ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਗੇ। ਇੰਡੋ ਅਮੈਰੀਕਨ ਜਿਹੜੇ ਸਾਡੇ ਇੱਥੇ ਵੱਸਦੇ ਹਨ ਉਹਨਾਂ ਨੂੰ ਜ਼ਰੂਰ ਦੱਸਣਗੇ ਔਰ ਅੰਬੈਸੀਜ਼ ਦੇ ਵਿੱਚ ਜਿਹੜੇ ਸੁਨੇਹਾ ਹੈਗਾ ਔਰ ਜਿਹੜੇ ਜੱਥੇ ਨੇ ਉਹਨਾਂ ਨੂੰ ਬੁਲਾਇਆ ਜਾਵੇਗਾ, ਸਪੈਸ਼ਲ ਜਿਹੜਾ ਬਜਟ ਹੈਗਾ ਉਹ ਰੱਖਿਆ ਗਿਆ। ਲੇਕਿਨ ਸਵਾਲ ਵੱਡਾ ਅੱਜ ਵੀ ਸਿਰਫ ਇੱਕ ਹੀ ਗੱਲ 'ਤੇ ਖੜ੍ਹਾ ਹੁੰਦਾ ਕਿ ਜੋ ਕਿ ਸਾਡੀ ਮਿਨੋਰਟੀਜ਼ ਹਨ, ਅੱਜ ਅਗਰ ਅਸੀਂ ਇੰਡੀਆ ਦੇ ਵਿੱਚ ਕੋਈ ਵੀ ਡਿਬੇਟ ਵੇਖਦੇ ਹਾਂ ਤਾਂ ਉਹ ਸਿਰਫ ਹਿੰਦੂ ਮੁਸਲਮਾਨ 'ਤੇ ਆ ਕੇ ਹੀ ਅਟਕ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਅਗਰ ਸਾਡੇ ਲਈ ਅਗਰ ਇਸ ਸਾਲ ਹੈ ਤਾਂ ਉਹ ਕਰਤਾਰਪੁਰ ਲਾਂਘਾ ਹੈਗਾ, ਕਿਉਂਕਿ ਜਿੱਥੇ ਅੱਜ ਇੰਡੋ ਪਾਕ ਦੇ ਵਿੱਚ ਕੋਲਡ ਵੋਰ ਹੋ ਰਹੀ ਹੈ, ਕਿ ਉਹਦਾ ਖਾਮਿਆਜ਼ਾ ਕਰਤਾਰਪੁਰ ਲਾਂਘੇ ਨੂੰ ਭੁਗਤਣਾ ਪਏਗਾ, ਕਿ ਉਹਦਾ ਖਾਮਿਆਜ਼ਾ ਕੌਮ ਨੂੰ ਭੁਗਤਣਾ ਪਏਗਾ। ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਆਪਣੇ ਵਿਚਾਰ info@justbroadcasting.com, harkirat@justbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੇ ਨਾਲ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।